ਸਿੱਖ ਚੈਨਲ ਜੋ ਕਿ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਬੜੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਵਿਸ਼ਵ ਭਰ ਦੇ ਵਿੱਚ ਸਿੱਖ ਸੰਗਤਾਂ ਇਹਨਾਂ ਦਿਨਾਂ ਦੇ ਵਿੱਚ ਛੇਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦਿਵਸ ਦੇਸ਼ ਵਿਦੇਸ਼ ਦੇ ਵਿੱਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾ ਰਹੀਆਂ ਹਨ। ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਸ ਸੰਬੰਧੀ ਜੋ ਵੀ ਸਿੱਖ ਰਵਾਇਤਾਂ ਅਨੁਸਾਰ ਜੋ ਪ੍ਰੋਗਰਾਮ ਉਲੀਕੇ ਗਏ ਹਨ, ਉਹਨਾਂ ਦੇ ਵਿੱਚ ਸਿੱਖ ਸੰਗਤਾਂ ਵੱਧ ਚੜ੍ਹ ਕੇ ਹਾਜ਼ਰੀਆਂ ਲਵਾ ਰਹੀਆਂ ਹਨ। ਜਿੱਥੇ ਆਪਾਂ ਬੰਦੀ ਛੋੜ ਦਿਵਸ ਅਤੇ ਗਵਾਲੀਅਰ ਤੋਂ ਛੇਵੇਂ ਪਾਤਸ਼ਾਹ ਦੇ ਰਿਹਾਉਣ ਦੀ ਖੁਸ਼ੀ ਦੇ ਵਿੱਚ ਦੀਪਮਾਲਾਵਾਂ ਅਤੇ ਹੋਰ ਖੁਸ਼ੀਆਂ ਪੂਰੇ ਵਿਸ਼ਵ ਦੇ ਨਾਲ ਸਾਂਝੀਆਂ ਕਰ ਰਹੇ ਹਾਂ, ਉੱਥੇ ਹੀ ਨਵੰਬਰ 1984 ਦਾ ਉਹ ਕਾਲਾ ਮਹੀਨਾ ਸੀ ਜਦੋਂ ਕਿ ਨਵੀਂ ਦਿੱਲੀ ਦੇ ਵਿੱਚ ਸਿੱਖਾਂ ਦਾ ਨਸਲਕੁਸ਼ੀ ਕੀਤੀ ਗਈ, ਸਿੱਖਾਂ ਦਾ ਘਾਣ ਕੀਤਾ ਗਿਆ, ਹਜ਼ਾਰਾਂ ਵਿਦੋਸ਼ੇ ਸਿੱਖ ਭੜਕੀ ਭੀੜ ਵੱਲੋਂ ਨਿਹੱਥੇ ਅਤੇ ਬੇਰਹਿਮੀ ਦੇ ਨਾਲ ਕਤਲ ਕਰ ਦਿੱਤੇ ਗਏ। ਉਹਨਾਂ ਦੇ ਦੁੱਖਾਂ ਨੂੰ ਵੀ ਅਸੀਂ ਬੜੀ ਸ਼ਿੱਦਤ ਦੇ ਨਾਲ ਇਹਨਾਂ ਦਿਨ ਇਸ ਮਹੀਨੇ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਯਾਦ ਕਰਦੇ ਹਾਂ। ਸਿੱਖ ਰਵਾਇਤਾਂ ਦੇ ਅਨੁਸਾਰ ਭਾਵੇਂ ਅਸੀਂ ਸੁੱਖ ਅਤੇ ਦੁੱਖ ਨੂੰ ਇੱਕੋ ਜਿਹਾ ਕਰਕੇ ਜਾਣਨਾ ਹੈ ਅਤੇ ਇਹੋ ਹੀ ਹੁਕਮ ਹੈ, ਪਰ ਫਿਰ ਵੀ ਇਹ ਦਿਨ ਕਿਵੇਂ ਆਏ ਅਤੇ ਕਿਉਂ ਆਏ ਅਤੇ ਸਿੱਖ ਪੰਥ ਨੂੰ ਇਹਨਾਂ ਦੇ ਉੱਤੇ ਕੀ ਸੇਧ ਲੈਣ ਦੀ ਲੋੜ ਹੈ, ਇਸ ਸੰਬੰਧੀ ਅਸੀਂ ਜ਼ਰੂਰ ਚਰਚਾ ਕਰਾਂਗੇ ਸਿੱਖ ਚੈਨਲ ਯੂਕੇ ਦੇ ਜ਼ਰੀਏ। ਅੱਜ ਮੈਨੂੰ ਇਸ ਗੱਲ ਦੀ ਅੱਜ ਬੜੀ ਖੁਸ਼ੀ ਹੈ ਕਿ ਅੱਜ ਸਾਡੇ ਕੋਲ ਜਿਨ੍ਹਾਂ ਨੇ ਸਿੱਖ ਕੌਮ ਦੀ ਮਾਨ ਮਰਿਆਦਾ ਨੂੰ ਬਹਾਲ ਰੱਖਿਆ, ਸਿੱਖ ਕੌਮ ਦੀ ਸ਼ਾਨ ਅਤੇ ਸਿੱਖ ਕੌਮ ਦੀ ਬਹਾਦਰੀ ਨੂੰ ਬਰਕਰਾਰ ਰੱਖਿਆ, ਮੈਂ ਗੱਲ ਕਰਿਆ ਭਾਈ ਸ਼ਹੀਦ ਸਤਵੰਤ ਸਿੰਘ ਦੀ ਅਤੇ ਸ਼ਹੀਦ ਭਾਈ ਬੇਅੰਤ ਸਿੰਘ ਦੀ, ਜਿਨ੍ਹਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਨੂੰ ਅਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਤੇ ਕੀਤੇ ਗਏ ਹਮਲੇ ਦਾ ਬਦਲਾ ਆਪਣੀ ਜਾਨ ਦੇ ਕੇ ਲਿਆ। ਅੱਜ ਉਹਨਾਂ ਦੇ ਉਸੇ ਹੀ ਸ਼ਹੀਦ ਪਰਿਵਾਰ ਦੇ ਵਿੱਚੋਂ ਸ਼ਹੀਦ ਸਤਵੰਤ ਸਿੰਘ ਜੀ ਦੇ ਛੋਟੇ ਭਰਾਤਾ ਭਾਈ ਸਰਵਨ ਸਿੰਘ ਜੀ ਅਗਵਾਨ, ਜੋ ਕਿ ਨਿਊਜ਼ੀਲੈਂਡ ਦੇ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ, ਉਹ ਸਾਡੇ ਨਾਲ ਹਨ। ਅੱਜ ਅਸੀਂ ਉਹਨਾਂ ਦੇ ਨਾਲ ਇੱਕ ਲੰਬੀ ਗੱਲਬਾਤ ਕਰਾਂਗੇ ਭਾਈ ਸ਼ਹੀਦ ਸਤਵੰਤ ਸਿੰਘ ਜੀ ਦੇ ਜੀਵਨ ਬਾਰੇ ਅਤੇ ਉਸ ਵੇਲੇ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ, ਜੋ ਕਿ ਉਹਦਾ ਸੋਧਾ ਲਾਇਆ ਆਪਾਂ ਕਹਿ ਸਕਦੇ ਹਾਂ, ਉੱਥੇ ਤੱਕ ਉਹਨਾਂ ਦਾ ਜੋ ਜੀਵਨ ਹੈ, ਉਸ ਤੋਂ ਬਾਅਦ ਵੀ ਉਹਨਾਂ ਦੀ ਫਾਂਸੀ ਦੇਣ ਤੱਕ ਦਾ ਜੋ ਵਰਤਾਰਾ ਉਹਨਾਂ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਕਿਵੇਂ ਬੀਤਿਆ, ਉਹਦਾ ਬਾਰੇ ਅਸੀਂ ਜ਼ਰੂਰ ਅੱਜ ਤੁਹਾਨੂੰ ਥੋੜ੍ਹੀ ਜਿਹੀ ਸੰਗਤ ਨੂੰ ਜਾਣਕਾਰੀ ਦੇਣਾ ਚਾਹਾਂਗੇ। ਭਾਈ ਸਰਵਨ ਸਿੰਘ ਜੀ ਅਗਵਾਨ, ਤੁਹਾਡਾ ਸਿੱਖ ਚੈਨਲ ਯੂਕੇ ਦੇ ਉੱਤੇ ਬਹੁਤ ਬਹੁਤ ਸਵਾਗਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ 3 ਨਵੰਬਰ ਨੂੰ ਬੰਦੀ ਛੋੜ ਦਿਵਸ ਪੂਰੇ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਹੈ, ਤੁਸੀਂ ਇਸ ਗੱਲ ਤੋਂ ਜ਼ਿਆਦਾ ਜਾਣਕਾਰ ਹੋ। ਨਵੰਬਰ 1984 ਦੇ ਵਿੱਚ ਜੋ ਬੀਤਿਆ, ਜੋ ਤੁਹਾਡੇ ਪਰਿਵਾਰ ਦੇ ਨਾਲ ਬੀਤਿਆ, ਜੋ ਤੁਸੀਂ ਹੰਢਾਇਆ, ਉਹ ਸ਼ਾਇਦ ਕੋਈ ਹੋਰ ਨਹੀਂ ਜਾਣ ਸਕਦਾ। ਤੁਸੀਂ ਆਪਾਂ ਅੱਜ ਗੱਲ ਕਰਾਂਗੇ ਭਾਈ ਸਤਵੰਤ ਸਿੰਘ ਦੀ ਜੀਵਨੀ ਬਾਰੇ, ਉਸ ਤੋਂ ਬਾਅਦ ਆਪਾਂ ਕਰੰਟ ਜੋ ਇਹ
ਦਿਨ ਆ ਰਿਹਾ, ਦੀਵਾਲੀ ਅਤੇ ਬੰਦੀ ਛੋੜ ਦਿਵਸ ਇਕੱਠਾ ਹੋ ਕੇ ਆ ਰਿਹਾ, ਇਸ ਉੱਤੇ ਆਪਾਂ ਗੱਲਬਾਤ ਕਰਾਂਗੇ। ਮੈਂ ਚਾਹਾਂਗਾ ਤੁਸੀਂ ਭਾਈ ਸਤਵੰਤ ਸਿੰਘ ਜੀ ਦੇ ਥੋੜ੍ਹੇ ਜਿਹੇ ਮੁੱਢਲੇ ਜੀਵਨ ਬਾਰੇ, ਉਹਨਾਂ ਦੇ ਬਚਪਨ ਬਾਰੇ, ਉਹ ਕਿਹੋ ਜਿਹੀ ਸੋਚ ਰੱਖਦੇ ਸੀ, ਕਿਹੋ ਜਿਹੇ ਉਹਨਾਂ ਦਾ ਇਰਾਦਾ ਦ੍ਰਿੜ ਇਰਾਦਾ ਸੀ, ਅਤੇ ਉਹਨਾਂ ਦਾ ਜਿਹੜਾ ਫੌਜ ਵਿੱਚ ਭਰਤੀ ਹੋਣ ਦਾ ਅਤੇ ਪ੍ਰਾਈਮ ਮਿਨਿਸਟਰ ਇੰਡੀਆ ਦੇ ਦਫ਼ਤਰ ਤੱਕ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਜਾਣ ਤੱਕ ਦਾ ਥੋੜ੍ਹਾ ਜਿਹਾ ਜਿਹੜਾ ਸੰਖੇਪ ਜੀਵਨ ਤੁਸੀਂ ਜ਼ਰੂਰ ਦੱਸੋ, ਕਿਵੇਂ ਉਹ ਇਸ ਅਹੁਦੇ ਦੇ ਉੱਤੇ ਪਹੁੰਚੇ। ਸਮੂਹ ਸਿੱਖ ਚੈਨਲ ਸੁਣ ਰਹੇ ਸਮੂਹ ਖਾਲਸਾ ਪੰਥ ਨੂੰ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਫਤਿਹ ਬੁਲਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਬਸਿਆਲ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਿੱਖ ਚੈਨਲ ਦੇ ਜ਼ਰੀਏ ਆਪਣੇ ਛੋਟੇ ਵੀਰ ਨੂੰ ਇਸ ਮਸਲੇ ਦੇ ਵਿੱਚ, ਜੋ ਕਿ ਸਿੱਖ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਹੈ, ਅੱਜ ਮੌਕਾ ਦਿੱਤਾ ਇਹ ਗੱਲ ਕਰਨ ਦਾ। ਆਪ ਜੀ ਨੇ ਗੱਲ ਕੀਤੀ ਵੱਡੇ ਵੀਰ ਸਤਵੰਤ ਸਿੰਘ ਦੇ ਜੀਵਨ ਦੇ ਸੰਬੰਧ ਵਿੱਚ। ਗੁਰੂ ਸਾਹਿਬ ਨੇ ਬਹੁਤ ਵਧੀਆ ਪੰਕਤੀ ਉਚਾਰੀ ਹੈ, ਹੁਣ ਹਾਰ ਬ੍ਰਿਸ਼ੁ ਕੇ ਚਿਕਨੇ ਚਿਕਨੇ ਪਾਤ। ਉਹ ਯੋਧੇ ਦਾ ਸ਼ੁਰੂ ਤੋਂ ਹੀ ਜੋ ਜ਼ਿੰਦਗੀ ਦਾ ਸਫ਼ਰ ਸੀਗਾ ਉਹ ਬਹੁਤ ਨਿਰਾਲਾ ਸੀ, ਵੱਖਰਾ ਸੀ, ਕਿਉਂਕਿ ਮੈਂ ਸਭ ਤੋਂ ਛੋਟਾ, ਮੇਰੇ ਤੋਂ ਚਾਰ ਜਗ੍ਹਾ ਵੱਡੇ ਸੀਗੇ। ਤਾਂ ਜੋ ਕੁਝ ਮੈਂ ਵੇਖਿਆ ਜਾਂ ਮਾਤਾ ਜੀ ਤੋਂ ਸੁਣਿਆ, ਅਤੇ ਉਹਦੇ ਤੋਂ ਇਹ ਲੱਗਦਾ ਕਿ ਗੁਰੂ ਸਾਹਿਬਾਂ ਨੇ ਇਹੋ ਜਿਹੇ ਆਪਣੇ ਸਿੱਖਾਂ ਦੀਆਂ ਡਿਊਟੀਆਂ ਸ਼ੁਰੂ ਤੋਂ ਹੀ ਲਾ ਕੇ ਭੇਜਿਆ ਹੁੰਦਾ, ਅਤੇ ਉਹਨਾਂ ਨੂੰ ਆਪਣੀ ਲਾਈਫ ਵੀ ਇੱਕ ਵੱਖਰੇ ਕਿਸਮ ਦੀ ਦਿੱਤੀ ਹੁੰਦੀ ਹੈ। ਉਹ ਪੜ੍ਹਾਈ ਦੇ ਨਾਲ ਨਾਲ ਆਪਣੀ ਸਿਹਤ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਾਂਭਦੇ ਸੀ। ਉਹਨਾਂ ਦਾ ਜਿਹੜਾ ਕਦਕਾਠ ਕਿਹੋ ਜਿਹਾ ਸੀ? ਕਦਕਾਠ ਤਕਰੀਬਨ 6 ਫੁੱਟ ਤੋਂ ਜ਼ਿਆਦਾ ਸੀਗਾ, ਅਤੇ ਸੋਹਣਾ ਸਰੀਰ ਸੀ, ਕੋਈ ਇਹ ਨਹੀਂ ਕਿ ਜਿਵੇਂ ਆਮ ਫੈਟ ਹੁੰਦੀ ਹੈ ਵਾਧੂ। ਸ਼ੁਰੂ ਤੋਂ ਵਰਜਿਸ਼ ਜਿਹੜੀ ਆ ਉਹ ਕਰਦੇ ਹੁੰਦੇ ਸੀਗੇ, ਦੌੜ ਲਾਉਣੀ, ਬਹੁਤ ਲੰਮੀ ਦੌੜ ਲਾਉਣੀ, ਔਰ ਬਾਅਦ ਦੇ ਵਿੱਚ ਜੋ ਪਿੰਡਾਂ ਦੇ ਵਿੱਚ ਹੁੰਦੀਆਂ ਡੰਡ ਬੈਠਕਾਂ, ਅਤੇ ਸਕੂਲ ਦੇ ਟਾਈਮ ਉਹ ਸਕੂਲ ਦੇ ਵਿੱਚ ਕਬੱਡੀ ਵੀ ਖੇਡਦੇ ਸੀਗੇ, ਵਾਲੀਬਾਲ ਵੀ ਖੇਡਦੇ ਸੀਗੇ। ਮੇਰੇ ਕਹਿਣ ਤੋਂ ਮਤਲਬ ਕਿ ਉਹ ਇੱਕ ਬੜਾ ਸ਼ਾਂਤ ਸੁਭਾਅ ਔਰ ਆਪਣੀ ਕਿਸਮ ਦਾ ਵੱਖਰਾ ਹੀ ਉਹਦਾ ਅੰਦਾਜ਼ ਸੀ ਜੀਵਨ ਦਾ। ਬੇਸ਼ੱਕ ਪਰਿਵਾਰ ਦੇ ਵਿੱਚ ਕਿਸੇ ਵੇਲੇ ਆਪਾਂ ਜ਼ਿਮੀਂਦਾਰ ਹਾਂ, ਕਿਸੇ ਵੇਲੇ ਦੁੱਧ ਵਗੈਰਾ ਘੱਟ ਵੀ ਪਰਿਵਾਰ ਦੇ ਵਿੱਚ ਹੋਣਾ, ਤਾਂ ਉਸ ਇਨਸਾਨ ਨੇ ਵੱਖਰਾ ਦੁੱਧ ਲਵਾਇਆ ਹੁੰਦਾ ਸੀ। ਸਾਡੇ ਗੁਆਂਢ ਇੱਕ ਬਜ਼ੁਰਗ ਮਾਤਾ ਸੀਗੀ, ਬਜ਼ੁਰਗ ਉਹ ਦੋਨੇ ਰਹਿੰਦੇ ਸੀ, ਉਹਨਾਂ ਤੋਂ ਵੱਖਰਾ ਦੁੱਧ ਲਵਾਇਆ ਹੁੰਦਾ ਸੀ। ਅਤੇ ਖਾਸ ਕਰਕੇ ਵੀ ਆਪਣੀ ਸਿਹਤ ਵੱਲ ਬਹੁਤ ਜ਼ਿਆਦਾ ਉਹਨਾਂ ਧਿਆਨ ਦਿੱਤਾ, ਔਰ ਐਂਡ ਤੱਕ ਉਹਨਾਂ ਦਾ ਜਿਹੜਾ ਸੀਗਾ ਸਫ਼ਰ, ਜਦੋਂ ਹਾਇਰ ਸੈਕੰਡਰੀ ਸਕੂਲ ਛੱਡਣ ਤੋਂ ਬਾਅਦ ਭਰਤੀ ਹੋਏ ਨੇ, ਅਤੇ ਨਾਲ ਦੀ ਨਾਲ ਪੜ੍ਹਾਈ ਸ਼ੁਰੂ ਕੀਤੀ ਹੈ ਦਿੱਲੀ ਦੇ ਵਿੱਚ ਕੰਗਰੂਟੀ ਕਰਨ ਤੋਂ ਬਾਅਦ, ਫਿਰ ਉੱਥੇ ਕਰਤਾਰ ਪਹਿਲਵਾਨ ਦੇ ਨਾਲ ਬਹੁਤ ਦੋਸਤਾਨਾ ਉਹਨਾਂ ਦੇ ਸੰਬੰਧ ਸੀਗੇ। ਕਰਤਾਰ ਸਿੰਘ ਪਹਿਲਵਾਨ ਜਿਹੜਾ ਮਸ਼ਹੂਰ, ਹਾਂਜੀ,
ਜਿਹੜੇ ਵਿਸ਼ਵ ਚੈਂਪੀਅਨ ਹੁਣ ਵੀ ਜਿਹੜੇ ਵਿਸ਼ਵ ਚੈਂਪੀਅਨ ਬਣ ਗਏ, ਹਾਂਜੀ ਉਹਨਾਂ ਨੂੰ ਵੀ ਕਿ 13ਵੀਂ ਵਾਰ ਚੈਂਪੀਅਨ ਬਣ ਗਏ ਜੀ। ਪਹਾੜਗੰਜ ਦਿੱਲੀ ਦੇ ਵਿੱਚ ਅਖਾੜਾ ਸੀ ਉਹਨਾਂ ਦਾ, ਤੇ ਉਹਨਾਂ ਦੇ ਅਖਾੜੇ ਵਿੱਚ ਜਾਂਦੇ ਹੁੰਦੇ ਸੀ, ਬਹੁਤ ਪਿਆਰ ਸੀਗਾ ਉਹਨਾਂ ਦਾ ਆਪਸ ਵਿੱਚ। ਉਹਨਾਂ ਦਾ ਫੌਜ ਵਿੱਚ ਮਿਲਟਰੀ 'ਚ ਭਰਤੀ ਹੋਣ ਦੇ ਤੇ ਬਾਅਦ ਦੀ ਗੱਲ ਹੈ। ਹਾਂ ਜਦੋਂ ਪੁਲਿਸ 'ਚ ਭਰਤੀ ਹੋਏ ਆ ਉਹਦੇ ਤੋਂ ਬਾਅਦ ਉਹਨਾਂ ਦਾ ਸੰਬੰਧ ਉੱਥੇ ਕਰਤਾਰ ਪਹਿਲਵਾਨ ਦੇ ਨਾਲ। ਅੱਛਾ, ਉਹ ਫੌਜ ਵਿੱਚ ਨਹੀਂ ਮਿਲ, ਪੁਲਿਸ, ਦਿੱਲੀ ਪੁਲਿਸ, ਦਿੱਲੀ ਪੁਲਿਸ ਵਿੱਚ ਭਰਤੀ ਸੀ, ਦਿੱਲੀ ਪੁਲਿਸ ਦੇ ਵਿੱਚ ਸੀਗੇ ਜੀ। ਤਾਂ ਉਹ ਆਪ ਜੀ ਨੂੰ ਸ਼ਾਇਦ ਯਾਦ ਹੋਊਗਾ ਕਿ ਅਜੀਤ ਅਖਬਾਰ ਜਿਹੜੀ ਜਲੰਧਰ ਤੋਂ ਛਪਦੀ ਆ ਉਹਦੇ ਵਿੱਚ ਕਰਤਾਰ ਸਿੰਘ ਪਹਿਲਵਾਨ ਨੇ ਇੱਕ ਆਰਟੀਕਲ ਵੀ ਲਿਖਿਆ ਸੀਗਾ, ਅਤੇ ਉਹ ਜਿਹੜੇ ਮਤਲਬ ਆਰਟੀਕਲ ਦਾ ਮੇਨ ਟਾਈਟਲ ਸੀਗਾ ਉਸ ਦਾ ਸਹਿਕ ਦੇ ਪਲ, ਉਹਦੇ 'ਚ ਕਰਤਾਰ ਪਹਿਲਵਾਨ ਨੇ ਪੂਰੀ ਸਟੋਰੀ ਦੱਸੀ ਸੀ ਕਿ ਸਤਵੰਤ ਸਿੰਘ ਦਾ ਕੀ ਜੀਵਨ ਸੀਗਾ, ਕਿਸ ਤਰ੍ਹਾਂ ਦੀ ਉਹਦੀ ਸੋਚ ਸੀਗੀ, ਕਿੱਦਾਂ ਮੇਰਾ ਦੋਸਤ ਸੀ, ਕਿਉਂਕਿ ਸ਼ਹੀਦੀ ਤੋਂ ਬਾਅਦ ਦੀ ਗੱਲ ਹੈ। ਹਾਂਜੀ, ਸ਼ਹੀਦੀ ਤੋਂ ਬਾਅਦ ਦੀ ਗੱਲ ਹੈ, ਅਤੇ ਉਹਨਾਂ ਦੀ ਵੀ ਪੁੱਛਗਿੱਛ ਹੋਈ ਆ, ਕਰਤਾਰ ਪਹਿਲਵਾਨ ਦੀ ਵੀ ਇਸ ਮਸਲੇ 'ਚ ਇੰਦਰਾ ਗਾਂਧੀ ਦੇ ਕਤਲ ਦੇ ਵਿੱਚ ਪੁੱਛਗਿੱਛ ਹੋਈ ਆ ਕਿ ਸਤਵੰਤ ਸਿੰਘ ਨਾਲ ਤੇਰੇ ਕੀ ਰਿਲੇਸ਼ਨ ਸੀਗੇ, ਅਤੇ ਉਹ ਅਖਾੜੇ ਦੇ ਵਿੱਚ ਆਉਂਦਾ ਸੀ, ਗੱਡੀ 'ਤੇ ਆਉਂਦਾ ਸੀ, ਕਾਰ 'ਤੇ ਆਉਂਦਾ ਸੀ, ਕੀ ਉਹਦੀਆਂ ਐਕਟੀਵਿਟੀਆਂ ਸੀਗੀਆਂ, ਉਹਦੀ ਵੀ ਕਾਫੀ ਪੁੱਛਗਿੱਛ ਹੋਈ ਸੀ। ਅਤੇ ਉਹਨਾਂ ਦੇ ਕਿਹੜੇ ਕਿਹੜੇ ਸਨ 'ਚ ਦਿੱਲੀ ਪੁਲਿਸ ਵਿੱਚ ਭਰਤੀ ਹੋਏ ਸੀ? ਉਹ 82 ਲਾਸਟ 'ਚ ਭਰਤੀ ਹੋਏ ਨੇ ਜੀ, 82 'ਚ ਕਾਂਸਟੇਬਲ ਭਰਤੀ ਹੋਏ ਸੀ। ਹਾਂਜੀ, ਸਿਪਾਹੀ ਭਰਤੀ ਹੋਏ ਨੇ ਉਹ UP ਜਾ ਕੇ ਬਰੇਲੀ 'ਚ। ਅੱਛਾ ਜੀ। ਹਾਂਜੀ, ਅਤੇ ਉਸ ਤੋਂ ਬਾਅਦ ਫਿਰ ਉਹਨਾਂ ਦੀ ਰੰਗਰੂਟੀ ਸਟਾਰਟ ਹੋਈ ਆ, ਰੰਗਰੂਟੀ ਤੋਂ ਬਾਅਦ ਫਿਰ ਉਹਨਾਂ ਦਾ ਨਾਂ ਜਿਹੜਾ ਵਾ ਉਹ ਕਮਾਂਡੋ ਦੇ ਵਿੱਚ ਪੈ ਗਿਆ, ਕਮਾਂਡੋ ਕੋਰਸ 'ਚ। ਕਮਾਂਡੋ ਕੋਰਸ ਵਿੱਚ ਬਹੁਤ ਵਧੀਆ ਪੁਜੀਸ਼ਨ ਉਹਨਾਂ ਨੂੰ ਮਿਲੀ, ਸਿਹਤ ਪੱਖੋਂ ਸਰੀਰ ਪੱਖੋਂ ਸੋਹਣੇ ਸੁਨੱਖੇ ਸੀਗੇ। ਤਾਂ ਆਪ ਜੀ ਨੂੰ ਪਤਾ ਕਿ ਜਿਹੜੇ ਇਹ ਗਾਰਡ ਹੁੰਦੇ ਨੇ ਸੀਨੀਅਰ ਆਫਿਸਰਾਂ ਦੇ ਜਾਂ ਪ੍ਰਾਈਮ ਮਿਨਿਸਟਰ ਵਗੈਰਾ ਦੇ, ਇਹਨਾਂ ਦੇ ਤਕਰੀਬਨ ਜਿਹੜੇ ਸਿਕਿਉਰਿਟੀ ਗਾਰਡ ਹੁੰਦੇ ਨੇ ਬਹੁਤ ਉੱਚੇ ਲੰਮੇ ਸੁਨੱਖੇ। ਕਿਸ ਉਦੋਂ ਜਦੋਂ ਭਰਤੀ ਹੋਏ ਕੇਸਾਧਾਰੀ ਸੀ ਉਹ? ਨਹੀਂ, ਕੇਸਾਧਾਰੀ ਨਹੀਂ ਸੀਗਾ ਇਹ, ਜਦੋਂ ਉੱਥੇ ਕਬੱਡੀ ਖੇਡਦਾ ਸੀਗਾ ਸਤਵੰਤ ਸਿੰਘ, ਉਦੋਂ ਹੀ ਉਸਨੇ ਸਿਰ ਦੇ ਵਾਲ ਜਿਹੜੇ ਉਹ ਕਟਾਏ ਹੋਏ ਸੀ। ਅੱਛਾ ਜੀ। ਜਿਹੜੇ ਡਿਊਟੀ ਕਰਦੇ ਸੀ ਉਹ ਉਦੋਂ ਪੱਗ ਬੰਨ ਕੇ ਕਰਦੇ ਹੁੰਦੇ ਸੀ? ਹਾਂਜੀ, ਡਿਊਟੀ ਦੌਰਾਨ ਪੱਗ ਬੰਨ ਕੇ, ਸਕੂਲ ਵੀ ਪੱਗ ਬੰਨ ਕੇ ਹੀ ਜਾਂਦੇ ਰਹੇ। ਅਤੇ ਉਹਨਾਂ ਦਾ ਜਦੋਂ ਉਹ ਉੱਥੇ ਪ੍ਰਾਈਮ ਮਿਨਿਸਟਰ ਦੇ ਜਿਹੜਾ ਉਹਦੇ ਘਰ ਉਹਨਾਂ ਦੀ ਡਿਊਟੀ ਲੱਗੀ, ਉਹ ਕਿਹੜੇ ਸਨ 'ਚ ਲੱਗੀ? ਉਹ ਤਕਰੀਬਨ ਜਿਹੜੀ ਉੱਥੇ ਡਿਊਟੀ ਆ 1 ਸਾਲ ਦੇ ਕਰੀਬ ਉੱਥੇ ਰਹੇ ਨੇ, 1 ਸਾਲ ਦੇ ਅੰਦਰ ਅੰਦਰ ਹੀ ਸ਼ਾਇਦ ਸਮਾਂ ਮਿਲਿਆ ਉਹਨਾਂ ਨੂੰ, ਕਿਉਂਕਿ ਰੰਗਰੂਟੀ ਤੋਂ ਬਾਅਦ ਕਮਾਂਡੋ ਦੀ ਡਿਊਟੀ ਇਹਨਾਂ ਨੂੰ ਮਿਲੀ ਆ, ਕਮਾਂਡੋ ਕੋਰਸ ਕਰਨ ਤੋਂ ਬਾਅਦ ਫਿਰ ਸਿੱਧੀ ਡਿਊਟੀ ਇਹਨਾਂ ਦੀ ਕੁਝ ਟਾਈਮ ਬਾਅਦ ਹੀ ਪ੍ਰਾਈਮ ਮਿਨਿਸਟਰ ਦੀ ਕੋਠੀ ਲੱਗ ਗਈ, ਅਤੇ 2 ਸਾਲ ਦੀ ਸਾਰੀ ਸਰਵਿਸ ਬਣਦੀ। 2 ਸਾਲ ਦੀ ਸਰਵਿਸ ਵਿੱਚ ਆਪ ਜੀ ਵੇਖ ਹੀ ਸਕਦੇ ਹਾਂ ਜੱਜਮੈਂਟ ਕਰਕੇ ਕਿ 3 ਮਹੀਨੇ ਦੀ ਇਹਨਾਂ ਦੀ ਰੰਗਰੂਟੀ ਹੁੰਦੀ ਹੈ ਪੁਲਿਸ ਦੀ। ਉਸ ਤੋਂ ਬਾਅਦ ਕੁਝ ਚਿਰ ਕਿਸੇ ਥਾਣੇ ਦੇ ਵਿੱਚ, ਤੁਗਲਕ ਰੋਡ ਸ਼ਹਿਰ, ਅਤੇ ਉਸ ਤੋਂ ਬਾਅਦ ਫਿਰ ਕਮਾਂਡੋ ਕੋਰਸ, ਕਮਾਂਡੋ ਕੋਰਸ ਕਰਨ ਤੋਂ ਬਾਅਦ ਫਿਰ ਇਹਨਾਂ ਦੀ ਡਿਊਟੀ ਜਿਹੜੀ ਇੱਥੇ ਪ੍ਰਾਈਮ ਮਿਨਿਸਟਰ ਦੀ ਕੋਠੀ ਲੱਗੀ। ਮਤਲਬ ਜਿਹੜੇ ਵੀ ਅਫਸਰ ਹੋ ਗਏ ਉਹਨਾਂ ਨੇ ਇਹਨਾਂ ਦੇ ਵਿੱਚ ਕੋਈ ਐਨਰਜੀ, ਕੋਈ ਬਰੇਵਨੈਸ, ਇਸ ਤਰ੍ਹਾਂ ਦੀਆਂ ਚੀਜ਼ਾਂ ਨੋਟ ਕੀਤੀਆਂ ਜਿਹੜਾ ਉਹਨਾਂ ਨੂੰ ਪ੍ਰਧਾਨ ਮੰਤਰੀ ਦੀ ਕੋਠੀ ਤੱਕ ਉਹਨਾਂ ਨੂੰ ਜਿਹੜੀ ਜੋਬ ਦਿੱਤੀ?
ਇਹ ਕਮਾਂਡੋ ਕੋਰਸ ਕਰਨ ਤੋਂ ਬਾਅਦ ਜਦੋਂ ਇਹ ਘਰ ਛੁੱਟੀ ਆਏ ਨੇ ਤਾਂ ਮਾਤਾ ਜੀ ਨਾਲ ਇਹ ਗੱਲ ਕਰਦੇ ਹਾਂ, ਉਹਨਾਂ ਮੈਂਸ਼ਨ ਕੀਤਾ ਕਿ ਤੇਰੇ ਪੁੱਤ ਦੀ ਕਮਾਂਡੋ ਦੇ ਵਿੱਚ ਬੀਬੀ ਬਹੁਤ ਵਧੀਆ ਪੁਜੀਸ਼ਨ ਆਈ ਆ ਅਤੇ ਬੜੀ ਮਤਲਬ ਉਹਨਾਂ ਨੇ ਉੱਥੋਂ ਦਿੱਲੀ ਤੋਂ ਫੋਨ ਕਰਕੇ ਨਹੀਂ, ਕਮਾਂਡੋ ਕੋਰਸ ਫਿਨਿਸ਼ ਹੋਣ ਤੋਂ ਬਾਅਦ ਛੁੱਟੀ ਆਏ ਸੀ ਪਿੰਡ। ਅੱਛਾ ਜੀ, ਘਰੇ ਇਹ ਘਰੇ ਗੱਲ ਕੀਤੀ। ਓਕੇ, ਅਤੇ ਜਦੋਂ ਸਾਰਾ ਇਹ 1984 ਦਾ ਜਿਹੜਾ ਵਰਤਾਰਾ ਓਪਰੇਸ਼ਨ ਬਲੂ ਸਟਾਰ ਹੋਇਆ, ਉਸ ਵੇਲੇ ਤਾਂ ਭਾਈ ਸਾਹਿਬ ਉਦੋਂ ਡਿਊਟੀ ਸੀ ਉਹਨਾਂ ਦੀ ਦਿੱਲੀ ਲੱਗੀ ਹੋਈ? ਹਾਂਜੀ ਹਾਂ, ਉਦੋਂ ਪ੍ਰਾਈਮ ਮਿਨਿਸਟਰ ਦੀ ਕੋਠੀ ਦੇ ਵਿੱਚ ਡਿਊਟੀ ਉੱਤੇ ਸੀ। ਅਤੇ ਜੂਨ 84 'ਚ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਹੋਇਆ, ਅਤੇ ਉਸ ਤੋਂ ਬਾਅਦ ਉਹ ਕਦੋਂ ਇੰਡੀਆ ਆਪਣੇ ਪੰਜਾਬ ਦੇ ਵਿੱਚ ਆਏ ਅਤੇ ਉਹਨਾਂ ਨੇ ਸਾਰਾ ਇਹ ਕਿਸ ਤਰ੍ਹਾਂ ਉਹਨਾਂ ਦੇ ਦਿਲ ਵਿੱਚ ਇਹ ਤਰ੍ਹਾਂ ਦਾ ਜਜ਼ਬਾ ਇੱਕ ਫੁੱਟਿਆ ਕਿ ਸਾਡੇ ਜਿਹੜੇ ਧਰਮ ਦੇ ਨਾਲ ਜਿਹੜਾ ਧੱਕਾ ਹੋਇਆ, ਇਹ ਉਹਨਾਂ ਦੇ ਦਿਲ 'ਚ ਕਿਵੇਂ ਇਹ ਸਾਰੀਆਂ ਚੀਜ਼ਾਂ ਆਈਆਂ ਜਿਹੜੀਆਂ ਉਹ ਇਸ ਲੈਵਲ ਤੱਕ ਉਹਨਾਂ ਨੂੰ ਬਦਲ ਲੈਣ ਤੱਕ ਉਹਨਾਂ ਨੂੰ ਜਿਹੜੀ ਆਪਣੀ ਜਿਹੜੀ ਸੋਚ ਉਹ ਬਦਲਣੀ ਪਈ? ਦੇਖੋ, ਜਿਹੜਾ 84 ਦਾ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦੇਣਾ, ਉਹ ਕਿਸੇ ਵੀ ਸਿੱਖ ਦੀ ਬਰਦਾਸ਼ਤ ਕਰਨ ਤੋਂ ਬਾਹਰ ਦੀ ਉਹ ਬਾਹਰ ਦੀ ਗੱਲ ਸੀ। ਉਸ ਵੇਲੇ ਦੇ ਜੇ ਆਪਾਂ ਹਾਲਾਤ ਦੇਖੀਏ, ਉਸ ਸਮੇਂ ਦਾ ਜ਼ਿਕਰ ਅਸੀਂ ਲੋਕਾਂ ਦੇ ਜਜ਼ਬੇ, ਉਸ ਵੇਲੇ ਦੀ ਜਿਹੜੀ ਨੌਜਵਾਨ ਪੀੜ੍ਹੀ ਦਾ ਜੋ ਜੋਸ਼ ਸੀਗਾ ਸੰਤ ਜਨਰਲ ਸਿੰਘ ਭਿੰਡਰਾਂ ਵਾਲਿਆਂ ਦੀ ਜਿਹੜੀ ਅਗਵਾਈ ਦੇ ਵਿੱਚ ਚੱਲਦਾ, ਉਹ ਵਾਕਈ ਇੱਕ ਵੱਖਰੇ ਤਰ੍ਹਾਂ ਦਾ ਮਾਹੌਲ ਸੀ। ਅਤੇ ਉਸੇ ਮਾਹੌਲ ਦੇ ਵਿੱਚ ਸਿੱਖਾਂ ਦੀ ਜਿਹੜੀ ਸਰਵਉੱਚ ਸਥਾਨ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਨਾ, ਉਹ ਆਪਣੇ ਆਪ ਦੇ ਵਿੱਚ ਇੱਕ ਤਰ੍ਹਾਂ ਦਾ ਚੈਲੰਜ ਸੀ ਸਾਡੀ ਸਿੱਖ ਕੌਮ ਨੂੰ, ਜਿਹੜਾ ਕਿ ਉਹਨਾਂ ਨੇ ਖਾਸ ਤੌਰ 'ਤੇ ਜਿੱਦਾਂ ਅੰਦਰੋਂ ਮਹਿਸੂਸ ਕੀਤਾ। ਤੁਸੀਂ ਇਸ ਤਰ੍ਹਾਂ ਸੋਚਦੇ ਹੋ? ਹਾਂਜੀ, ਕਿਉਂਕਿ ਉਹ ਉਸ ਅਸਥਾਨ ਦੇ ਉੱਤੇ ਡਿਊਟੀ ਸੀ ਉਹਨਾਂ ਦੀ, ਹਰੇਕ ਐਕਟੀਵਿਟੀ ਜਿਹੜੀ ਆ ਉਹਨਾਂ ਦੀ ਨਜ਼ਰ ਵਿੱਚ ਦੀ ਲੰਘਦੀ ਸੀਗੀ ਜੀ। ਅਤੇ ਉਹਨਾਂ ਨੂੰ ਇੱਕ ਅਫਸਰ ਹੋਣ ਦੇ ਨਾਤੇ, ਪੜ੍ਹੇ ਲਿਖੇ ਹੋਣ ਦੇ ਨਾਤੇ ਇਸ ਗੱਲ ਦਾ ਨੌਲੇਜ ਵੀ ਸੀ ਵੀ ਬਿਨਾਂ ਸ੍ਰੀ ਹਰਿਮੰਦਰ ਸਾਹਿਬ, ਬਿਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਅਟੈਕ ਤੋਂ ਬਿਨਾਂ ਹੋਰ ਵੀ ਕਈ ਹੱਲ ਸੀਗੇ, ਜੇ ਨਿਰੀ ਸੰਤਾਂ ਦੀ ਲੜਾਈ ਨਾਲ ਹੀ ਮਸਲਾ ਹੱਲ, ਮਤਲਬ ਉਹਨਾਂ ਨੂੰ ਰੋਕਣਾ ਸੀਗਾ ਜਾਂ, ਅਤੇ ਇਸ ਕਰਕੇ ਜੋ ਘਟਨਾਕ੍ਰਮ ਉਹਨਾਂ ਦੇ ਸਾਹਮਣੇ ਸਾਰੇ ਆਏ ਉਹਦੇ ਤੋਂ ਉਹਨਾਂ ਨੂੰ ਇਹ ਲੱਗਿਆ ਕਿ ਜਿਵੇਂ ਸਾਡੇ ਨਾਲ ਵੀ ਇਹ ਇੱਕ ਗਿਣੀ ਮਿੱਥੀ ਸਾਜਿਸ਼ ਅਧੀਨ ਇਹ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਇਆ ਗਿਆ, ਔਰ ਜੇ ਇਹੀ ਗੱਲ ਨੂੰ ਵੇਖ ਲਿਆ ਜਾਏ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਰਹਿ ਰਹੇ ਸੀ, ਅਤੇ ਹੋਰ ਜਿਹੜੇ 28-29 ਗੁਰਦੁਆਰੇ ਸਾਹਿਬਾਂ 'ਤੇ ਹਮਲੇ ਕੀਤੇ, ਉਹ ਕਿਉਂ ਕੀਤੇ, ਉੱਥੇ ਸੰਤਾਂ ਦਾ ਕੀ ਸੰਬੰਧ ਸੀਗਾ? ਬਿਲਕੁਲ ਹਾਂਜੀ, ਦੁੱਖ ਨਿਵਾਰਨ ਸਾਹਿਬ ਪਟਿਆਲਾ ਅਤੇ ਹਾਂਜੀ ਤਕਰੀਬਨ 28-29 ਗੁਰਦੁਆਰੇ ਸਾਹਿਬ ਨੇ ਜਿੱਥੇ ਮਤਲਬ ਪੁਲਿਸ ਦਾਖਲ ਹੋਈ ਅਤੇ ਇਵੇਂ ਕੀਤਾ ਗਿਆ। ਇਸ ਕਰਕੇ ਉਹ ਇਸ ਗੱਲ ਨੂੰ ਉਹਨਾਂ ਨੇ ਘੋਖਿਆ ਵੇਖਿਆ ਵਿਚਾਰਿਆ ਕਿ ਇਹ ਇੱਕ ਬੜੀ ਗੰਭੀਰ ਸਾਜਿਸ਼ ਆ ਸਾਡੀ ਕੌਮ ਨੂੰ ਖਤਮ ਕਰਨ ਦੀ, ਸਾਡੇ ਗੁਰਧਾਮਾਂ ਨੂੰ ਢਹਿ ਢੇਰੀ ਕੀਤਾ ਗਿਆ, ਇੰਨੇ ਨਿਰਦੋਸ਼ ਇਨੋਸੈਂਟ ਲੋਕ ਜਿਹੜੇ ਬੀਬੀਆਂ ਬੱਚੇ, ਇੱਕ ਸ਼ਰਧਾਲੂ ਸੀ ਜਿਨ੍ਹਾਂ ਨੂੰ ਕੋਈ ਇਲਮ ਹੀ ਨਹੀਂ ਸੀਗਾ ਵੀ ਇੱਥੇ ਕੀ ਹੋ ਰਿਹਾ ਕੀ ਨਹੀਂ, ਸਿਰਫ ਇੱਕ ਸ਼ਰਧਾ ਲੈ ਕੇ ਨਤਮਸਤਕ ਹੋਣ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਆਏ ਸੀ, ਉਹਨਾਂ ਲੋਕਾਂ ਨੂੰ ਇੱਦਾਂ ਬੁਰੀ ਤਰ੍ਹਾਂ ਜੂੜ ਜੂੜ ਕੇ
ਤੇ ਪਾਣੀ ਤੋਂ ਧਿਆਏ ਕਰ ਕਰਕੇ ਤੇ ਇੰਨੀ ਬੁਰੀ ਤਰ੍ਹਾਂ ਮਾਰਿਆ ਕਿ ਉਹ 100% ਉਹਨਾਂ ਨੂੰ ਇਸ ਗੱਲ ਦਾ ਗਿਆਨ ਸੀ, ਰਿਪੋਰਟ ਸੀਗੀ ਵੀ ਕਿਵੇਂ ਉੱਥੇ ਹੋਇਆ। ਇਸ ਚੀਜ਼ ਨੂੰ ਉਹਨਾਂ ਨੇ ਜਦੋਂ ਗੰਭੀਰਤਾ ਨਾਲ ਲਿਆ ਕਿ ਇਹ ਤਾਂ ਇੱਕ ਸਿੱਧਾ ਸਾਡੀ ਕੌਮ 'ਤੇ ਇੱਕ ਨਸ਼ਕੁਸ਼ੀ ਵਾਲੀ ਸੋਚ ਬਣਾਈ ਬੈਠੀ ਆ ਇਹ। ਉਸ ਤੋਂ ਬਾਅਦ ਇੱਥੇ ਬਸ ਨਹੀਂ, ਉਹਨਾਂ ਸਤਵੰਤ ਸਿੰਘ ਨੇ ਬੇਸ਼ੱਕ ਮੈਂ ਦਾਅਵੇ ਨਾਲ ਕਹਿੰਦਾ ਕਿ ਜਿੰਨੀਆਂ ਵੀ ਸਾਡੀਆਂ ਮੁਲਾਕਾਤਾਂ ਤਿਹਾੜ ਜੇਲ੍ਹ ਦੇ ਵਿੱਚ ਹੋਈਆਂ, ਡਿਪਟੀ ਸੁਪਰਡੈਂਟ ਨਾਲ ਹੁੰਦਾ ਸੀ, ਔਰ ਜੋ ਮੈਂ ਸਮਝਦਾ ਕਿ ਇਹ ਰਿਕਾਰਡਿੰਗ ਵੀ ਕਰਦੇ ਹੁੰਦੇ ਸੀ ਜਿੰਨੀ ਸਾਡੀ ਗੱਲ ਆਪਸ 'ਚ ਹੁੰਦੀ ਸੀ, ਔਰ ਉਹ ਝੱਕ ਕੇ ਕੋਈ ਗੱਲ ਨਹੀਂ ਕਰਦਾ, ਭਾਵੇਂ ਉਹ ਇੰਦਰਾ ਦੇ ਮਾਰਨ ਵੇਲੇ ਦੀ ਗੱਲ ਕਰਦਾ ਸੀ ਜਾਂ ਹੋਰ ਗੱਲ ਕਰਦਾ ਸੀ। ਉਹਦੇ ਵਿੱਚ ਸਤਵੰਤ ਸਿੰਘ ਨੇ ਸਾਨੂੰ ਕਲੀਅਰਲੀ ਕਿਹਾ ਕਿ ਪਾਪਾ ਜੀ ਜੇਕਰ ਇਹ ਪਾਪਣ ਨਾ ਮਰਦੀ, ਇਹ ਵਰਡ ਸੀਗੇ ਸਤਵੰਤ ਸਿੰਘ ਦੇ, ਅਤੇ ਇਸਨੇ ਮਤਲਬ ਪਾਕਿਸਤਾਨ ਦੇ ਨਾਲ ਲੜਾਈ ਜਿਹੜੀ ਆ ਉਹ ਲਾਉਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ, ਔਰ ਉਹਦੇ ਵਿੱਚ ਹੋਰ ਬਹੁਤ ਜ਼ਿਆਦਾ ਨੁਕਸਾਨ ਕਰਨਾ ਸੀ ਪੰਜਾਬ ਵੀ ਤੇ ਇਸਨੇ ਸੋਚ। ਹਾਂ, ਇਸ ਕਰਕੇ ਇਹ ਜ਼ਰੂਰੀ ਹੋ ਗਿਆ ਸੀਗਾ ਇਹਦਾ ਅੰਤ ਕਰਨਾ। ਕਿ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਤੋਂ ਪਹਿਲਾਂ ਕਿ ਉਹਨਾਂ ਨੇ ਆਪਣੀ ਕੋਈ ਦਿਲ ਦੀ ਅਜਿਹੀ ਭਾਵਨਾ ਜਾਂ ਅਜਿਹੀ ਇੱਛਾ ਤੁਹਾਡੇ ਪਰਿਵਾਰ ਨਾਲ, ਤੁਹਾਡੇ ਨਾਲ ਜਾਂ ਪਿਤਾ ਜੀ ਨਾਲ, ਬਾਪੂ ਤ੍ਰਿਲੋਕ ਸਿੰਘ ਉਹਨਾਂ ਨਾਲ ਵੀ ਸਾਂਝੀ ਕੀਤੀ ਸੀ ਵੀ ਮੈਨੂੰ ਇਸ ਤਰ੍ਹਾਂ ਦੁੱਖ ਲੱਗਿਆ ਅਤੇ ਮੈਂ ਕੋਈ ਇਹੋ ਜਿਹਾ ਇਸ ਤਰ੍ਹਾਂ ਦਾ ਫੈਸਲਾ ਲੈ ਸਕਦਾ ਆਪਣੀ ਡਿਊਟੀ ਦੌਰਾਨ? ਬਿਲਕੁਲ, ਇਹ ਗੱਲ ਕੀਤੀ ਸੀ ਜਦੋਂ ਲਾਸਟ ਛੁੱਟੀ ਸਤਵੰਤ ਸਿੰਘ ਆਇਆ ਕੱਟਣ, ਇੰਦਰਾ ਦੇ ਮਰਨ ਤੋਂ ਤਕਰੀਬਨ 8-10 ਦਿਨ ਪਹਿਲਾਂ, ਅਤੇ ਅਕਤੂਬਰ ਮਹੀਨੇ। ਹਾਂਜੀ, ਅਤੇ ਉਦੋਂ ਘਰ ਦੇ ਵਿੱਚ ਇੱਦਾਂ ਗੱਲ ਕਰਦੇ ਹਾਂ, ਵੱਡੇ ਭਾਈ ਗੁਰਨਾਮ ਸਿੰਘ ਨੇ ਗੱਲ ਕਹੀ ਜਦੋਂ ਇਸ ਮਸਲੇ 'ਤੇ ਗੱਲ ਹੋਈ ਕਿ ਮੈਂ ਦਰਬਾਰ ਸਾਹਿਬ ਗਿਆ ਸੀਗਾ ਅਤੇ ਪਰਿਕਰਮਾ ਕੀਤੀਆਂ ਅਤੇ ਬਹੁਤ ਜ਼ਿਆਦਾ ਉੱਥੇ ਇਹਦਾ ਖੂਨ ਜੰਮਿਆ ਪਿਆ ਅਤੇ ਗੋਲੀਆਂ ਲੱਗੀਆਂ ਪਈਆਂ, ਅਤੇ ਉਸ ਵਕਤ ਸਤਵੰਤ ਸਿੰਘ ਨੇ ਗੱਲ ਕਹੀ ਕਿ ਗੁਰਨਾਮ ਸਿੰਘ ਤੂੰ ਪਰਿਕਰਮਾ ਕਿੱਦਾਂ ਕਰ ਲਈਆਂ, ਸਾਡੇ ਤੋਂ ਤਾਂ ਪਰਿਕਰਮਾ ਹੋ ਹੀ ਨਹੀਂ ਸਕੀਆਂ। ਅੱਛਾ ਜੀ। ਹਾਂ, ਫਿਰ ਦੂਸਰੀ ਗੱਲ, ਪਹਿਲੀ ਵਾਰ ਆਏ ਸੀਗੇ 84 ਤੋਂ ਜੂਨ 'ਚ 84 ਦੇ ਹਮਲੇ ਤੋਂ ਬਾਅਦ। ਹਾਂਜੀ, ਛੁੱਟੀ ਲੈ ਕੇ ਜੂਨ 'ਚ ਹਮਲਾ ਹੋ ਰਿਹਾ ਅਤੇ ਉਹ ਅਕਤੂਬਰ 'ਚ ਦੇਖਣ ਆਏ, ਛੁੱਟੀ ਲੈ ਕੇ ਫਿਰ ਆਏ ਜਦੋਂ ਨੇ ਆਪਣਾ ਮਾਇੰਡ ਅਪ ਜਿਹੜਾ। ਹਾਂਜੀ ਹਾਂਜੀ, ਤਾਂ ਫਿਰ ਉੱਥੇ ਇਹ ਗੱਲ ਕਰਦਿਆਂ ਸਤਵੰਤ ਸਿੰਘ ਨੇ ਕਿਹਾ ਕਿ ਦਿੱਲੀ ਦੇ ਵਿੱਚ ਸਿੱਖਾਂ ਦਾ ਜਿਉਣਾ ਜਿਹੜਾ ਬਹੁਤ ਮੁਸ਼ਕਲ ਹੋਇਆ, ਵੀ ਇੱਥੋਂ ਤੱਕ ਕਿ 3-wheeler ਦੇ ਵਿੱਚ ਤੁਸੀਂ ਜੇ ਬੈਠੇ ਹੁੰਦੇ ਆ ਅਤੇ ਉੱਥੇ ਵੀ ਜੇ ਕੋਈ ਸਿਗਰਟ ਪੀ ਰਿਹਾ ਉਹਦੇ ਵਿੱਚ ਅਤੇ ਉਹ ਤੁਹਾਡੇ ਵੱਲ ਨੂੰ ਧੂੰਆਂ ਛੱਡ ਰਿਹਾ, ਅਤੇ ਔਰ ਜੇ ਕੋਈ ਸਿੱਖ ਲੰਘਦਾ ਜਾ ਰਿਹਾ ਅਤੇ ਫਿਰ ਵੀ ਉਹਦੇ ਵੱਲ ਨੂੰ ਕਰਕੇ ਧੂੰਆਂ ਛੱਡਦੇ ਆ, ਅਤੇ ਨਾਲ ਕਹਿੰਦੇ ਵੀ ਦੇਖੋ ਆਪਕਾ ਬਿੰਡਰੀ ਵਾਲਾ ਕਸ ਕਹਾਂ ਗਿਆ। ਫਿਰ ਇੱਕ ਘਟਨਾ ਹੋਰ ਵੀ ਸਤਵੰਤ ਨੇ ਸਾਂਝੀ ਕੀਤੀ ਕਿ ਬੰਗਲਾ ਸਾਹਿਬ ਗੁਰਦੁਆਰੇ ਅਸੀਂ ਮੱਥਾ ਟੇਕਣ ਗਏ ਸੀਗੇ ਅਤੇ ਉੱਥੇ ਹਜੂਮ ਜਿਹੜਾ ਵਾ ਉਹ ਮਤਲਬ ਪੱਥਰ ਬਾਜ਼ੀ ਕਰ ਰਿਹਾ ਸੀਗਾ ਜੀ, ਅਤੇ ਅਗਲੇ ਪਾਸਿਓਂ ਸੰਗਤ ਨੇ ਵੀ ਫਿਰ ਮਤਲਬ ਉਹਨਾਂ 'ਤੇ ਰੋੜੇ ਪੱਥਰ ਸੁੱਟਣੇ ਸ਼ੁਰੂ ਕੀਤੇ ਅਤੇ ਫਿਰ ਪੁਲਿਸ ਨੇ ਉੱਥੇ ਗੋਲੀ ਚਲਾਈ, ਉਹਦੇ ਵਿੱਚ ਇਹਨਾਂ ਦਾ ਇੱਕ ਮੁਲਾਜ਼ਮ ਜਿਹੜਾ ਉਹ ਪੁਲਿਸ ਦਾ ਮਰਿਆ ਵੀ, ਇੱਕ ਜ਼ਖਮੀ ਹੋਇਆ, ਔਰ ਇਹ ਮੁੰਡੇ ਤਕਰੀਬਨ 6-7 ਸੀਗੇ ਜਿਹੜੇ ਬੰਗਲਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਆ ਰਹੇ ਸਤਵੰਤ ਸਿੰਘ ਦੇ ਨਾਲ ਦੇ, ਔਰ ਇਹਨਾਂ ਸਾਰਿਆਂ ਕਮਾਂਡੋ ਕੀਤੀ ਹੋਈ ਸੀ
ਕਹਿੰਦਾ ਸਾਨੂੰ ਪਤਾ ਸੀਗਾ ਕਿ ਪੁਲਿਸ ਜਿਹੜੇ ਗੋਲੇ ਹੱਥ ਅਥਰੂ ਗੈਸ ਸੁੱਟ ਰਹੀ ਆ ਉਹਦੇ ਕਿੰਨੇ ਸੈਕਿੰਡ ਟਾਈਮ ਆ, ਅਤੇ ਅਸੀਂ ਉਹ ਗੋਲੇ ਫਿਰ ਵਾਪਸ ਸੁੱਟਦੇ ਸੀਗੇ। ਸਿਵਲ 'ਚ ਸੀਗੇ ਇਹ, ਉੱਥੇ ਕਿਸੇ ਕੈਮਰੇ ਵਾਲੇ ਨੇ ਜੋ ਰਿਪੋਰਟਰ ਸੀਗਾ ਕਿਸੇ ਸ਼ਾਇਦ ਹਿੰਦੀ ਕਿਸੇ ਰਸਾਲੇ ਦਾ, ਉਹਨੇ ਇਹਨਾਂ ਦੀਆਂ ਸਨੈਪਸ ਲੈ ਲਈਆਂ ਅਤੇ ਇਹ ਫਿਰ ਉੱਥੇ ਦਿੱਲੀ ਪ੍ਰਾਈਮ ਮਿਨਿਸਟਰ ਦੇ ਨੇੜੇ ਹੋਣ ਕਰਕੇ ਕਈ ਹੋਰ ਅਫਸਰਾਂ ਨਾਲ ਵੀ ਇਹਨਾਂ ਦੇ ਸੀਗੇ, ਇਹਨਾਂ ਨੂੰ ਪਤਾ ਲੱਗਿਆ ਕਿ ਉਹ ਰਸਾਲਾ ਜਿਹੜਾ ਛਪਿਆ ਉਹਦੇ ਵਿੱਚ ਸਾਡੀਆਂ ਫੋਟੋ ਨੇ, ਅਤੇ ਉਹ ਇਹਨਾਂ ਨੇ ਕਹਿ ਕੇ ਉੱਥੋਂ ਉਹਨੂੰ ਰਿਮੂਵ ਕਰਵਾਈਆਂ। ਮਤਲਬ ਕਹਿਣ ਦਾ ਮਤਲਬ ਕਿ ਇੱਦਾਂ ਦੀ ਸਿਚੁਏਸ਼ਨ ਸੀਗੀ, ਔਰ ਇੱਕ ਸੱਚੇ ਸਿੱਖ ਦੇ ਵਾਸਤੇ ਇਹ ਕੁਝ ਜਿਹੜਾ ਵਾ ਉਹ ਯਾਰਨਾ ਜਿਹੜਾ ਉਹ ਮੁਸ਼ਕਲ ਸੀ। ਕਿੱਥੇ ਤਾਂ ਉਹ ਆਪਣੀ ਲਾਈਫ ਵਾਸਤੇ ਕੀ ਕੁਝ ਸੋਚ ਰਿਹਾ, ਨਾਲ ਦੀ ਨਾਲ ਪੜ੍ਹਾਈ ਕਰ ਰਿਹਾ ਹੈ ਨਾ, ਅਤੇ ਕਿੱਦੇ ਕਿੰਨੀ ਉੱਚੀ ਉਹਨੇ ਆਪਣੀ ਸੋਚ ਰੱਖੀ ਹੋਈ ਸੀਗੀ ਆਪਣੀ ਲਾਈਫ ਵਾਸਤੇ। ਦੂਸਰੇ ਪਾਸੇ ਜਦੋਂ ਇੱਕ ਇਹ ਸਿੱਖ ਧਰਮ ਵਾਸਤੇ ਇੰਨੀ ਚੁਣੌਤੀ ਉਹਨਾਂ ਦੇ ਸਾਹਮਣੇ ਆਈ, ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਫਿਰ ਉਹਨਾਂ ਨੂੰ ਦੇ ਕੇ ਥਾਪਾ, ਅਤੇ ਇਹ ਸੇਵਾ ਜਿਹੜੀ ਉਹ ਉਹਨਾਂ ਕੋਲ ਲੈ ਲਈ। ਜਿਸ ਦਿਨ 31 ਅਕਤੂਬਰ ਨੂੰ ਸਵੇਰੇ 9:11:12 ਦੇ ਉੱਤੇ ਭਾਈ ਸਤਵੰਤ ਸਿੰਘ ਨੇ ਲਗਭਗ 30 ਜਿਹੜੇ ਰਾਊਂਡ ਹੈ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਉੱਤੇ ਦਾਗੇ, ਅਤੇ ਇਸੇ ਤਰ੍ਹਾਂ ਸ਼ਹੀਦ ਭਾਈ ਬੇਅੰਤ ਸਿੰਘ ਨੇ ਵੀ ਆਪਣੀ ਪੂਰੀ ਗੰਨ ਜਿਹੜੀ ਖੋਲ੍ਹੀ। ਕੀ ਉਸ ਤੋਂ ਉਸ ਦਿਨ ਕੋਈ ਸਵੇਰੇ ਜਾਂ ਉਹ ਤੋਂ ਇੱਕ ਦਿਨ ਪਹਿਲਾਂ ਕਿ ਤੁਹਾਡੇ ਨਾਲ ਆਪਸ ਵਿੱਚ ਕੋਈ ਪਰਿਵਾਰ ਨਾਲ ਉਹਨਾਂ ਦੀ ਇਹੋ ਜਿਹੇ ਫੈਸਲੇ ਦੇ ਉੱਤੇ ਗੱਲਬਾਤ ਹੋਈ ਸੀ ਕਿ ਉਹ ਪਰਿਵਾਰ ਨਾਲ ਇਸ ਤਰ੍ਹਾਂ ਇਨ ਟੱਚ ਸੀਗੇ? ਕਿਉਂ ਨਹੀਂ ਜੀ, ਉਸ ਵਕਤ ਕੋਈ ਫੋਨ ਵਗੈਰਾ ਦਾ ਕੋਈ ਸੰਪਰਕ ਨਹੀਂ ਸੀਗਾ। ਸਤਵੰਤ ਸਿੰਘ ਜਦੋਂ ਤੁਹਾਨੂੰ ਦੱਸਿਆ ਕਿ ਲਾਸਟ ਛੁੱਟੀ ਆਇਆ, ਅਤੇ ਉਹ ਬਹੁਤ ਸਾਰੇ ਆਪਣੇ ਜਿਹੜੇ ਸੀਗੇ ਉਹ ਕੱਪੜੇ ਨਾਲ ਲੈ ਕੇ ਆਇਆ, ਉਹਦੇ ਵਿੱਚ ਪੈਂਟਾਂ ਸ਼ਰਟਾਂ ਸੀਗੀਆਂ। ਮੈਂ ਸਭ ਤੋਂ ਛੋਟਾ ਹੋਣ ਦੇ ਨਾਤੇ ਮੈਂ ਹੀ ਘਰ 'ਚ ਸੀਗਾ ਜਾਂ ਵੱਡੇ ਭਾਈ ਸੀਗੇ, ਅਤੇ ਉਹਨਾਂ ਤੋਂ ਸਤਵੰਸੋਂ ਤੋਂ ਜਿਹੜਾ ਛੋਟਾ ਵਰਿਆਮ ਸਿੰਘ ਉਹ ਫੌਜ 'ਚ ਭਰਤੀ ਸੀਗਾ, ਤਾਂ ਉਹ ਕਾਫੀ ਮੈਨੂੰ ਇੱਦਾਂ ਸ਼ਾਮ ਨੂੰ ਚੈਰੀ ਰੰਗ ਦਾ ਲੈਦਰ ਦਾ ਅਟੈਚੀ ਖੋਲ੍ਹਿਆ ਹੋਇਆ ਇੱਕ ਕਮਰੇ ਦੇ ਵਿੱਚ, ਤਾਂ ਮੈਨੂੰ ਉਹ ਕੱਪੜੇ ਜਦੋਂ ਦੇ ਰਹੇ ਨੇ, ਅਤੇ ਮੈਂ ਕਹਿ ਰਿਹਾ ਮੈਂ ਕਿਹਾ ਇੰਨੇ ਕੱਪੜੇ ਮੈਂ ਕੀ ਕਰਨੇ ਆ, ਬਈ ਤੁਸੀਂ ਮੈਨੂੰ ਥੋੜ੍ਹੇ 1-2 ਪੈਂਟਾਂ ਕਮੀਜ਼ਾਂ ਦੇ ਦਿਓ ਹੈ ਨਾ ਸ਼ਰਟਾਂ, ਅਤੇ ਉਹ ਕਹਿ ਰਹੇ ਆਪਣੇ ਕੱਪੜੇ ਪਾ ਦਿੰਦੇ ਸੀ ਉਹ ਲੈ ਕੇ ਜਿਹੜੇ ਸਿਵਲ ਕੱਪੜੇ ਸੀਗੇ ਜਿਹੜੇ ਉਹਨਾਂ ਦੇ ਦਿਮਾਗ 'ਚ ਘੁੰਮ ਰਿਹਾ ਸੀ ਵੀ ਲਾਸਟ ਸਾਰਾ ਕੁਝ ਕੱਪੜੇ ਵੀ ਬਾਅਦ 'ਚ ਜਿੱਦਾਂ ਕੀ ਕਰਨਾ ਹੈ ਕਿਦਾਂ, ਅਤੇ ਉਹ ਸਾਰੇ ਕੱਪੜੇ ਜਿਹੜੇ ਆ ਉਹ ਉਸ ਵੇਲੇ ਤੁਹਾਨੂੰ ਕੋਈ ਇੱਦਾਂ ਦਾ ਆਈਡੀਆ ਨਹੀਂ ਹੋਊਗਾ? ਨਹੀਂ, ਆਪ ਜੀ ਨੂੰ ਦੱਸਿਆ ਕਿ ਉਹਨੇ ਮਤਲਬ ਕਲੀਅਰਲੀ ਭਾਪਾ ਜੀ ਨੂੰ ਅਤੇ ਮਾਤਾ ਜੀ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਵੀ ਜੀ 27 ਤਰੀਕ ਨੂੰ ਤਕਰੀਬਨ ਤੁਸੀਂ ਦੋਨਾਂ ਸਿਸਟਰਾਂ ਨੂੰ ਭੂਆ ਜੀ ਦੇ ਕੋਲ ਛੱਡ। ਅੱਛਾ, ਬੜੀ ਕਲੀਅਰਲੀ ਗੱਲ ਇਹ ਕਹੀ ਸੀਗੀ ਕਿ 27 ਤਰੀਕ ਨੂੰ, ਕਿਉਂਕਿ ਸਾਡਾ ਉੱਥੇ ਪਲੈਨ ਹੈਗਾ ਇੰਦਰਾ ਗਾਂਧੀ ਨੂੰ ਇੱਦਾਂ ਮਾਰ ਦੇਣ ਦਾ, ਅਤੇ ਪਰ ਜਦੋਂ ਉਸ ਗੱਲ ਨੂੰ ਥੋੜ੍ਹਾ ਉਹਨੇ ਉਸ ਢੰਗ ਦੇ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਵੀ ਬਹੁਤੀ ਕਲੀਅਰਲੀ ਨਹੀਂ, ਇਹ ਕਿਹਾ ਕਿ ਅਸੀਂ 2-3 ਪਾਰਟੀਆਂ ਵਾਂ, ਅਤੇ ਪਤਾ ਨਹੀਂ ਕਿਹਦੀ ਕਿਹੜੀ ਪਾਰਟੀ ਦਾ ਮਤਲਬ ਉੱਥੇ ਦਾਅ ਲੱਗਣਾ ਵਾ, ਅਤੇ ਇਸ ਕਰਕੇ ਤੁਸੀਂ 27-28 ਤਰੀਕ ਨੂੰ ਭੈਣਾਂ ਨੂੰ ਸਿੰਘਪੁਰਾ ਸਾਡੇ ਨੇੜੇ ਹੀ ਪੈ ਜਾਂਦਾ 10-15 ਕਿਲੋਮੀਟਰ 'ਤੇ, ਅਤੇ ਭੂਆ ਜੀ ਦੇ ਕੋਲ ਛੱਡ ਆਇਓ, ਅਤੇ ਉਹ ਕਾਫੀ ਕੁਝ ਕਲੀਅਰ ਜਿਹੜਾ ਆਪਣੇ ਦੋਸਤਾਂ 1-2 ਦੇ ਨਾਲ ਵੀ ਉਹ ਕਲੀਅਰ ਕਰ ਗਿਆ ਸੀਗਾ। ਔਰ ਜਦੋਂ ਇੰਦਰਾ ਗਾਂਧੀ ਦੇ ਮਰਨ ਦੀ ਖਬਰ ਪਹੁੰਚੀ ਹੈ
ਅਤੇ ਮੈਨੂੰ ਯਾਦ ਹੈ ਕਿ ਸਾਡੇ ਸਤਿਕਾਰਯੋਗ ਮਾਤਾ ਜੀ ਘਰ ਦੇ ਵਿੱਚ ਜਿਹੜੀਆਂ ਸੋਨੇ ਦੀਆਂ ਟੂਮਾਂ ਸੀਗੀਆਂ ਉਹ ਇੱਕ ਡੱਬੇ ਦੇ ਵਿੱਚ ਪਾ ਕੇ ਅਤੇ ਸਾਡੇ ਘਰ ਇੱਕ ਇੱਟਾਂ ਦਾ ਬਹੁਤ ਵੱਡਾ ਥੜਾ ਲੱਗਾ ਹੋਇਆ ਸੀ। ਉਹ ਇੱਕ ਸਾਲ ਪਹਿਲਾਂ ਕਹਿ ਲਓ ਸਤਵੰਤ ਸਿੰਘ ਨੇ ਉਹ ਇੱਟਾਂ ਸਟਾਈਆਂ ਹੋਈਆਂ ਸੀਗੀਆਂ ਇੱਕ ਅਲੱਗ ਦਰਵਾਜ਼ੇ ਦੇ ਨੇੜੇ ਕਮਰਾ ਪਾਉਣ ਵਾਸਤੇ ਕਿ ਜਦੋਂ ਮੈਂ ਆਉਂਦਾ ਅਤੇ ਮਤਲਬ ਇੱਕ ਸੈਪਰੇਟ ਕਮਰਾ ਚਾਹੀਦਾ ਬਾਕੀ ਕਮਰਿਆਂ ਨਾਲੋਂ ਅਤੇ ਜਿਹੜਾ ਕੁਛ ਜਿਮਿੱਤਰ ਮੇਰਾ ਆਉਂਦਾ ਆਪਾਂ ਇੱਥੇ ਬੈਠਿਆ ਕਰਾਂਗੇ। ਠੀਕ ਹੈ। ਪਰ ਉਹ ਸਵੱਬ ਕੁਦਰਤ ਦਾ ਕਿ ਉਸੇ ਟਾਈਮ ਕੁਝ ਦਿਨਾਂ ਬਾਅਦ ਸਾਡੇ ਨਾਨੀ ਜੀ ਚੜ੍ਹਾਈ ਕਰ ਗਏ ਤਾਂ ਫਿਰ ਉਹ ਟਾਈਮ ਪੈ ਗਿਆ ਉਹ ਕਮਰੇ ਨਹੀਂ ਸਟਾਰਟ। ਉਹ ਟੂਮਾਂ ਜਿਹੜੀਆਂ ਸੀਗੀਆਂ ਸਾਡੇ ਮਾਤਾ ਜੀ ਨੇ ਉਹ ਡੱਬੇ ਦੇ ਵਿੱਚ ਪਾ ਕੇ ਅਤੇ ਉੱਥੇ ਲੁਕੋ ਦਿੱਤੀਆਂ ਕਿਉਂਕਿ ਮਤਲਬ ਅਸੀਂ ਸਮਝ ਚੁੱਕੇ ਸੀਗੇ ਕਿ ਸਤਵੰਤ ਸਿੰਘ ਜੋ ਕਹਿ ਗਿਆ ਸੀਗਾ ਉਹ ਕਾਰਾ ਹੋ ਗਿਆ। 1984 ਦੇ ਜਦੋਂ ਇੰਦਰਾ ਗਾਂਧੀ ਨੂੰ ਗੱਡੀ ਚਾੜ ਦਿੱਤਾ ਗਿਆ ਉਸ ਤੋਂ ਬਾਅਦ ਜਿਹੜੇ ਜਿਹੜੇ ਦੰਗੇ ਭੜਕੇ ਇੱਕ ਤਰ੍ਹਾਂ ਨਾਲ ਸਿੱਖ ਨਸਲ ਕੁਸ਼ੀ ਦੇ ਵਿੱਚ ਜਿਹੜਾ ਉਹ ਕੂੜਾ ਜਿਹੜਾ ਹਜੂਮਾ ਜਾਂ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਇਸ ਤਰ੍ਹਾਂ ਦੀ ਪੋਲਿਸੀ ਓਵਰਨਾਈਟ ਬਣਾ ਲਈ ਵੀ ਸਿੱਖਾਂ ਨੂੰ ਪੂਰੀ ਤਰ੍ਹਾਂ ਖਤਮ ਹੀ ਕਰ ਦਿੱਤਾ ਜਾਵੇ ਅਤੇ ਇਸ ਵੇਲੇ ਜਿਹੜਾ ਜਿਹੜਾ ਸਿੱਖ ਹਲਕੇ ਆ ਉਹ ਦੋ ਤਰ੍ਹਾਂ ਨਾਲ ਥਿੰਕ ਕਰਦੇ। ਇੱਕ ਤਾਂ ਹੈਗਾ ਵੀ ਅਸੀਂ ਜਦੋਂ ਆਪਣੇ ਧਾਰਮਿਕ ਸਥਾਨ ਦਾ ਜਿਹੜਾ ਉਹ ਬਦਲਾ ਲਿਆ ਅਤੇ ਅਸੀਂ ਜਿਹੜੀ ਸਿੱਖ ਪੰਥ ਦੀ ਜਿਹੜੀ ਬਹਾਦਰੀ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਿਆ ਅਤੇ ਇੱਕ ਲਾਬੀ ਇਸ ਤਰ੍ਹਾਂ ਸੋਚਦੀ ਆ ਵੀ ਇਹਦਾ ਕੋਈ ਦੂਜਾ ਤਰੀਕਾ ਲੱਭਿਆ ਜਾ ਸਕਦਾ ਸੀ ਉਹਨੂੰ ਜਿਹੜਾ ਸਬਕ ਸਿਖਾਉਣ ਦਾ ਵੀ ਉਹ ਬਾਅਦ ਵਿੱਚ ਹੁਣ ਸੋਚਦੇ ਆ ਜਦੋਂ ਜਿਹੜਾ ਸਿੱਖਾਂ ਦਾ ਕਤਲੇਆਮ ਹੋ ਗਿਆ। ਤੁਸੀਂ ਇਹਦੇ ਬਾਰੇ ਆਪਣਾ ਕੀ ਨਜ਼ਰੀਆ ਦੇਣਾ ਚਾਹੁੰਦੇ ਵੀ ਉਸ ਵੇਲੇ ਜੋ ਸ਼ਹੀਦ ਸਤਵੰਤ ਸਿੰਘ ਅਤੇ ਸ਼੍ਰੀ ਬੇਅੰਤ ਸਿੰਘ ਨੇ ਫੈਸਲਾ ਲਿਆ ਕਿ ਉਹ ਸਾਡੇ ਸਿੱਖ ਪੰਥ ਦੀ ਆਨ ਅਤੇ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਕੀ ਉਹ ਜ਼ਰੂਰੀ ਬਣਦਾ ਸੀ? ਉਹ ਜਿਹੜਾ ਵਸਿਆਲ ਸਾਹਿਬ ਤੁਸੀਂ ਸਵਾਲ ਕੀਤਾ ਇਹੀ ਸਤਿਕਾਰਯੋਗ ਸਾਡੇ ਪਿਤਾ ਜੀ ਨੇ ਪਹਿਲੀ ਮੁਲਾਕਾਤ ਜਦੋਂ ਦਿੱਲੀ ਜੇਲ੍ਹ ਦੇ ਵਿੱਚ ਤਿਹਾੜ ਜੇਲ੍ਹ 'ਚ ਸਤਵੰਤ ਸਿੰਘ ਦੇ ਨਾਲ ਹੋਈ ਆ ਜੀ। ਕਿਉਂਕਿ ਸਭ ਤੋਂ ਪਹਿਲਾਂ ਜਦੋਂ ਮੇਰੇ ਸਤਿਕਾਰਯੋਗ ਪਿਤਾ ਜੀ ਨੂੰ ਮਾਤਾ ਜੀ ਨੂੰ ਉਹ ਸਿਸਟਰ ਨੂੰ ਮਿਲਾਇਆ ਸੀਗਾ ਉਦੋਂ ਤਫਤੀਸ਼ ਦੌਰਾਨ ਮਿਲਾਇਆ ਸੀ ਲਾਲ ਕਿਲ੍ਹੇ 'ਚ। ਉਸ ਵਕਤ ਇਹ ਗੱਲ ਲਾਲ ਕਿਲ੍ਹੇ ਦੇ ਵਿੱਚ ਲਾਲ ਕਿਲ੍ਹੇ ਦੇ ਵਿੱਚ ਉਦੋਂ ਇੰਟੈਰੋਗੇਸ਼ਨ ਚੱਲ ਰਹੀ ਸੀਗੀ ਸਤਵੰਤ ਸਿੰਘ ਦੀ ਜੀ, ਲਾਲ ਕਿਲ੍ਹੇ ਦੇ ਵਿੱਚ ਮਿਲਾਇਆ ਸੀਗਾ। ਉਸ ਤੋਂ ਬਾਅਦ ਜਦੋਂ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਅਤੇ ਫਿਰ ਫਸਟ ਜਿਹੜੀ ਮੁਲਾਕਾਤ ਸੀਗੀ ਜੇਲ੍ਹ ਦੇ ਵਿੱਚ ਸਤਵੰਤ ਸਿੰਘ ਦੇ ਨਾਲ ਜਦੋਂ ਕੀਤੀ ਆ ਪਿਤਾ ਜੀ ਨੇ ਅਤੇ ਸਤਵੰਤ ਸਿੰਘ ਨੇ ਆਪਣੇ ਉਹ ਅੰਦਾਜ਼ ਵਿੱਚ ਲਹਿਜੇ 'ਚ ਵੀ ਇਹ ਪਾਪਣ ਦਾ ਅੰਤ ਜ਼ਰੂਰੀ ਸੀ ਜੋ ਵੀ ਸੀ ਉਹਨੇ ਗੱਲਾਂ ਕੀਤੀਆਂ ਅਤੇ ਭਾਪਾ ਜੀ ਨੇ ਇਹ ਗੱਲ ਕਹੀ ਕਿ ਸਤਵੰਤ ਤੁਸਾਂ ਜਜਮੈਂਟ ਨਹੀਂ ਇਹ ਕੀਤੀ ਹੋਊਗੀ ਵੀ ਇੰਨਾ ਜ਼ਿਆਦਾ ਵੀ ਨੁਕਸਾਨ ਹੋ ਜੂਗਾ ਵੀ ਬਹੁਤ ਜ਼ਿਆਦਾ ਦਿੱਲੀ ਦੇ ਵਿੱਚ ਸਿੱਖਾਂ ਦਾ ਨੁਕਸਾਨ ਹੋਇਆ ਅਤੇ ਜਿਉਂਦਿਆਂ ਨੂੰ ਇਸ ਤਰ੍ਹਾਂ ਖੋਹ ਖੋਹ ਕੇ ਮਾਰਿਆ ਗਿਆ। ਅਤੇ ਸਤਵੰਤ ਸਿੰਘ ਨੇ ਇਹ ਗੱਲ ਸੁਣਦਿਆਂ ਸਾਰ ਹੀ ਬੜੇ ਜੋਸ਼ ਦੇ ਵਿੱਚ ਇਹ ਗੱਲ ਕਹੀ ਸੀ ਕਿ ਭਾਪਾ ਜੀ ਇਹ ਦੁਸ਼ਟ ਪਾਪਣ ਨੂੰ ਮਾਰਨਾ ਹੀ ਪੈਣਾ ਸੀਗਾ। ਇਦੋਂ ਜ਼ਿਆਦਾ ਲੋਕ ਤਾਂ ਉਹ ਫਿਰ ਵੀ ਮਾਰਨ ਜਾ ਰਹੀ ਸੀਗੀ ਜਦੋਂ ਪਾਕਿਸਤਾਨ ਦੇ ਨਾਲ ਜੰਗ ਲਾਉਣ ਦਾ ਉਹਨੇ ਪਲੈਨ ਬਣਾਇਆ ਹੋਇਆ ਸੀ। ਦੂਸਰੀ ਗੱਲ ਇਹ ਕਿ ਜਿਹੜੇ ਕੁਝ ਸਾਡੇ ਲੋਕ ਇਸ ਗੱਲ ਨੂੰ ਲੈਂਦੇ ਆ ਕਿ ਸਾਨੂੰ ਹੋਰ ਕੋਈ ਤਰੀਕਾ ਅਪਣਾ ਲੈਣਾ ਚਾਹੀਦਾ ਸੀਗਾ ਵੀ ਇਵੇਂ ਨਹੀਂ ਕਰਨਾ ਚਾਹੀਦਾ, ਮੈਂ ਸਮਝਦਾ ਕਿ ਉਹਨਾਂ ਲੋਕਾਂ ਦੀ ਜਿਹੜੀ ਮਾਨਸਿਕਤਾ ਉਹ ਕਮਜ਼ੋਰ ਹੈ, ਉਹ ਲਾਭੀ ਹੈ ਜਿਹੜਾ ਇਹ ਸਵਾਲ ਕਰਦੀ ਹੈ। ਕਿਉਂਕਿ ਜੇ ਸਾਨੂੰ ਅਜੇ ਵੀ ਇਸ ਗੱਲ ਦੀ ਸਮਝ ਨਹੀਂ ਆਈ
ਕਿ ਉਹੀ ਗੱਲ ਜਿਹੜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਰਦੇ ਹੁੰਦੇ ਸੀਗੇ ਦਿੱਲੀ ਦੇ ਸਿੱਖਾਂ ਨੂੰ ਸੰਬੋਧਨ ਕਰਕੇ ਕੀਤੀ ਆ ਕਿ ਤੁਸੀਂ ਤੁਹਾਡੇ ਫਰਿੱਜਾਂ ਜਿਹੜੀਆਂ ਕਿਸੇ ਕੰਮ ਨਹੀਂ ਆਉਣੀਆਂ, ਏਸੀ ਕਿਸੇ ਕੰਮ ਨਹੀਂ ਆਉਣੇ, ਜੋ ਕਲਗੀਧਰ ਪਾਤਸ਼ਾਹ ਨੇ ਸਾਨੂੰ ਸ਼ਸਤਰ ਦੀ ਗੁੜਤੀ ਦਿੱਤੀ ਹੋਈ ਆ ਕਿ ਉਹ ਜ਼ਰੂਰ ਰੱਖੋ। ਜਦੋਂ ਦਿੱਲੀ ਦੇ ਵਿੱਚ ਉਹ ਕਹੋ ਕੇ ਸਿੱਖਾਂ ਨੂੰ ਮਾਰਿਆ ਗਿਆ, ਉੱਥੇ ਇਹ ਤਾਂ ਨਹੀਂ ਵੇਖਿਆ ਗਿਆ ਕਿ ਇਹ ਸਿੱਖ ਸੰਤ ਭਿੰਡਰਾਂ ਵਾਲੇ ਦੀ ਸੋਚ ਨਾਲ ਸੰਬੰਧਿਤ ਏ, ਜਾਂ ਇਹ ਸਿੱਖ ਜਿਹੜਾ ਇਹ ਇੱਕ ਇਹ ਤਾਂ ਆਮ ਸਿੱਖ ਏ ਜਾਂ ਇਹ ਕਾਂਗਰਸ ਨਾਲ ਸੰਬੰਧਿਤ ਏ। ਨਹੀਂ, ਉਹਨਾਂ ਨੇ ਕੇਸ ਵੇਖੇ, ਕੜਾ ਵੇਖਿਆ, ਪੱਗ ਦੇਖੀ, ਸਿੱਖਾਂ ਨੂੰ ਕੋਹ ਕੋਹ ਕੇ ਸਤਿਕਾਰਯੋਗ ਸਾਡੀਆਂ ਮਾਤਾਵਾਂ ਦੇ ਸਾਹਮਣੇ ਨੌਜਵਾਨ ਬੀਬੀਆਂ ਨੂੰ ਬੇਪੱਤ ਕਰਕੇ ਉਹਨਾਂ ਨੇ ਕਤਲ ਕੀਤਾ। ਇਹ ਜਿਹੜੀ ਮਾਨਸਿਕ ਕਮਜ਼ੋਰ ਮਾਨਸਿਕਤਾ ਵਾਲੇ ਲੋਕ ਅਜੇ ਵੀ ਇਹ ਗੱਲ ਕਰਦੇ ਆ, ਮੇਰੀ ਇਹ ਬੇਨਤੀ ਆ ਕਿ ਤੁਸੀਂ ਸਿਆਸੀ ਤੌਰ 'ਤੇ ਕਿਸੇ ਵੀ ਸੋਚ ਨਾਲ ਸੰਬੰਧਿਤ ਹੋਵੋ, ਤੁਸੀਂ ਕਿਸੇ ਐਕਟੀਵਿਟੀ ਵਿੱਚ ਹਿੱਸਾ ਲੈ ਰਹੇ ਆ ਨਹੀਂ ਲੈ ਰਹੇ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਤੁਹਾਨੂੰ ਸਿੱਖੀ ਬਖਸ਼ੀ ਆ ਉਹਦੇ ਵਿੱਚ ਪੂਰਨ ਪ੍ਰਪੱਕ ਰਹੋ, ਤਾਂ ਜੋ ਹੋਰ ਕੁਛ ਨਹੀਂ ਤੇ ਜਦੋਂ ਕਿਤੇ ਵਿਪਤਾ ਬਣੇ ਤੁਸੀਂ ਆਪਣੇ ਆਪ ਦੀ ਆਪਣੇ ਪਰਿਵਾਰ ਦੀ ਤੇ ਰੱਖਿਆ ਕਰ ਸਕੋ। ਜੇ ਗੱਲ ਇਹ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਬਚਨਾਂ ਨੂੰ ਪਾਲਿਆ ਹੁੰਦਾ, ਦਿੱਲੀ ਦੇ ਵਿੱਚ ਕਈ ਉਹ ਜਗ੍ਹਾ ਹੈਗੀਆਂ ਨੇ ਜਿੱਥੇ ਕੋਈ ਫੌਜੀ ਰਿਟਾਇਰ ਸੀਗਾ ਜੀ, ਉਹਦੇ ਕੋਲ ਦੋ ਨਾਲੀ ਬੰਦੂਕ ਸੀ ਜਾਂ ਇੱਕ ਨਾਲੀ ਬੰਦੂਕ ਸੀ, ਉਹ ਬਚਾਅ ਹੋਇਆ, ਉਹਨੇ ਆਪਣਾ ਬਚਾਅ ਕੀਤਾ, ਨਾਲ ਹੋਰ ਵੀ 10 ਘਰਾਂ ਦਾ ਬਚਾਅ ਕੀਤਾ। ਇਹ ਜਿਹੜੀ ਆ ਇਹ ਬਹੁਤ ਆਤਮਕ ਲੋਕਾਂ ਦੀ ਆਤਮਾ ਮਰ ਚੁੱਕੀ ਹੈ ਇਹਨਾਂ ਲੋਕਾਂ ਦੀ, ਜਿਹੜੀ ਜਿਹੜੇ ਲੋਕ ਇਹ ਗੱਲ ਕਰਦੇ ਜੀ। ਇਹਨਾਂ ਦਿਨਾਂ ਦੇ ਵਿੱਚ ਇੱਕ ਬੜਾ ਅਜੀਬ ਜਿੱਦਾਂ ਟਾਈਮ ਬਣਿਆ ਵੀ ਬੰਦੀ ਛੋੜ ਦਿਵਸ ਅਤੇ ਉੱਧਰ ਨਵੰਬਰ 84 ਦਾ ਜਿਹੜਾ ਉਹ ਟਾਈਮ, ਉਹ ਇਕੱਠੇ ਟੁਗੈਦਰ ਦੋਨੇ ਇਕੱਠੇ ਹੋ ਰਹੇ ਆ ਅਤੇ ਜਿਹੜੇ ਵਿਦੇਸ਼ੀ ਵਾਸਤੇ ਸਿੱਖ ਆ ਵੱਖ ਵੱਖ ਸੋਸ਼ਲ ਸਾਈਟਾਂ ਦੇ ਉੱਤੇ ਆ ਰਿਹਾ ਵੀ ਇਸ ਵਾਰ ਜਿਹੜੀ ਆ ਦੀਪਮਾਲਾ ਨਾ ਕੀਤੀ ਜਾਵੇ, ਆਤਿਸ਼ਬਾਜ਼ੀ ਨਾ ਕੀਤੀ ਜਾਵੇ, ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਹੀ ਪੂਰਾ ਦਿੱਲੀ ਦੇ ਵਿੱਚ ਨਰਸੰਹਾਰ ਹੋਇਆ, ਸਿੱਖ ਨਸਲਕੁਸ਼ੀ ਹੋਈ ਆ। ਅਤੇ ਜੇ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਦੇਖੀਏ ਜਾਂ ਸ਼੍ਰੋਮਣੀ ਕਮੇਟੀ ਦੇ ਜੋ ਪ੍ਰੋਗਰਾਮ ਦੇਖੀਏ, ਉਹਦੇ ਵਿੱਚ ਪੁਰਾਤਨ ਰਵਾਇਤਾਂ ਦੇ ਅਨੁਸਾਰ ਹੀ ਜਿਹੜੀ ਦੀਵਾਲੀ, ਆਤਿਸ਼ਬਾਜ਼ੀ ਅਤੇ ਹੋਰ ਪ੍ਰੋਗਰਾਮ ਹੋ ਰਹੇ ਆ। ਤੁਸੀਂ ਇਸ ਸੰਦਰਭ ਦੇ ਵਿੱਚ ਇੱਕ ਖਾਸ ਪਰਿਵਾਰ ਇਸ ਨਵੰਬਰ ਦੇ ਵਿੱਚ ਇਨਵੋਲਵ ਹੋਣ ਕਰਕੇ ਤੁਸੀਂ ਇਹ ਕਿਸ ਤਰ੍ਹਾਂ, ਕਿਹੜੇ ਐਂਗਲ ਤੋਂ ਲੈਂਦੇ ਹਾਂ ਵੀ ਸਾਨੂੰ ਇਸ ਕੀ ਕਰਨਾ ਚਾਹੀਦਾ ਸਿੱਖ ਸੰਗਤ ਨੂੰ, ਕੀ ਦੋਨੇ ਤਿਉਹਾਰ ਮਨਾਉਣੇ ਚਾਹੀਦੇ ਆ, ਦੀਵਾਲੀ ਦਾ ਤਿਉਹਾਰ ਜਾਂ ਬੰਦੀ ਛੋੜ ਦਿਵਸ ਮਨਾਉਣਾ ਚਾਹੀਦਾ ਕਿ ਦੂਜੇ ਪਾਸੇ ਜੋ ਸਿੱਖ ਨਸਲਕੁਸ਼ੀ ਹੋਈ ਆ ਉਹਦੇ ਸੰਬੰਧ 'ਚ ਸਾਨੂੰ ਕੋਈ ਜਿਹੜਾ ਸੋਗ ਜਾਂ ਕੋਈ ਮਾਤਮ ਜਾਂ ਇਸ ਤਰ੍ਹਾਂ ਦਾ ਸਾਨੂੰ ਆਪਣਾ ਸ਼ੋਅ ਕਰਨਾ ਚਾਹੀਦਾ? ਵੇਖੋ ਦਸਿਆਲਾ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੰਦੀ ਛੋੜ ਦਿਵਸ ਦੀ, ਸਾਡੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਜੋ ਸਿੱਖਾਂ ਦੀ ਅਗਵਾਈ ਕਰ ਰਹੀ ਹੈ, ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਹੁੰਦਾ ਉਹ ਹਰੇਕ ਸਿੱਖ ਜਿਹੜਾ ਉਹਨੂੰ ਸਿਰ ਨਵਾਉਂਦਾ ਔਰ ਧਰਮ ਵੀ ਅਰਜ ਵੀ ਹੈ ਜੀ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਇਵੇਂ ਦੀ ਕੋਈ ਦਿਸ਼ਾ ਨਿਰਦੇਸ਼ ਜਾਂ ਹੁਕਮਨਾਮਾ ਨਹੀਂ ਜਾਰੀ ਹੋਇਆ ਕਿ ਆਪਾਂ ਨੂੰ ਕੋਈ ਵੱਖਰੇ ਤੌਰ 'ਤੇ ਐਤਕਾਂ ਕੋਈ ਫੈਸਲਾ ਲੈਣਾ ਚਾਹੀਦਾ। ਹਾਂ, ਇਹ ਗੱਲ ਜ਼ਰੂਰ ਆ ਕਿ ਜੋ
ਮੈਂ ਵੇਖਿਆ ਕਿ 84 ਤੋਂ ਬਾਅਦ ਹੀ ਜਿਸ ਤਰ੍ਹਾਂ ਪਹਿਲਾਂ ਦੀਵਾਲੀ ਮਨਾਈ ਜਾਂਦੀ ਸੀ ਉਸ ਤਰ੍ਹਾਂ ਦੀਵਾਲੀ ਨਹੀਂ ਮਨਾਈ ਜਾਂਦੀ। ਕਈ ਫੈਮਲੀਆਂ ਬੇਸ਼ੱਕ ਉਹ ਸਿੱਖੀ ਸਰੂਪ ਵਿੱਚ ਨਹੀਂ ਵੀ ਅਸੀਂ ਪਰਿਵਾਰਾਂ 'ਚ ਵਿਚਰਦੇ ਹਾਂ, ਕਈ ਇਵੇਂ ਦੇ ਲੋਕ ਹੈਗੇ ਨੇ ਜਿਹੜੇ 84 ਦੇ ਹਮਲੇ ਤੋਂ ਬਾਅਦ ਮੰਜੇ 'ਤੇ ਨਹੀਂ ਸੁੱਤੇ, ਇੱਦਾਂ ਦੇ ਵੀ ਕਈ ਸਿੱਖ ਹੈ ਨੇ, ਕਈ ਬਜ਼ੁਰਗ ਮਾਤਾਵਾਂ ਹੈਗੀਆਂ ਨੇ। ਉਹ ਕਈ ਲੋਕ ਜਿਹੜੇ ਨੇ ਉਹ ਹੈਗੇ ਨੇ ਜਿਨ੍ਹਾਂ ਨੇ ਉਹਦੇ ਉਸ ਟਾਈਮ ਦੇਣ ਤੋਂ ਬਾਅਦ ਆਮ ਨੋਰਮਲ ਜਿਹੜੇ ਸਾਡੇ ਤਿਉਹਾਰ ਸੀ ਉਹਨਾਂ ਨੂੰ ਉੱਦਾਂ ਨਹੀਂ ਅਪਣਾਇਆ। ਪਰ ਜਿੱਥੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੰਦੀ ਛੋੜ ਦਿਵਸ ਦੀ ਪਰੰਪਰਾ ਜਿਹੜੀ ਆ ਉਹ ਬਹੁਤ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਆ, ਉਹ ਉਵੇਂ ਹੀ ਤੁਹਾਡੇ ਸਾਹਮਣੇ ਉਹਨਾਂ ਨੂੰ ਵੀ ਅਸੀਂ ਜਿੱਦਾਂ ਦਰਕਿਨਾਰ ਨਹੀਂ ਕਰ ਸਕਦੇ ਜੀ। ਗੁਰੂ ਸਾਹਿਬਾਂ ਦੇ ਜਿਹੜੇ ਤਿਉਹਾਰ ਆ ਉਹਨਾਂ ਨੂੰ ਵੀ ਉਸੇ ਤਰ੍ਹਾਂ ਹੀ ਜੋ ਬਣਦਾ ਵਾ ਉਹ ਮਨਾਉਣੇ ਚਾਹੀਦੇ ਆ। ਰਹੀ ਗੱਲ ਨਵੰਬਰ 84 ਦੀ, ਉਹ ਠੀਕ ਆ ਉਹ ਦਿਨ ਤਕਰੀਬਨ ਸੇਮ ਡੇ 'ਤੇ ਆ ਗਿਆ, ਉਹ ਬਹੁਤ ਇੱਕ ਵੱਡਾ ਦੁਖਾਂਤ ਆ, ਉਹਨੂੰ ਨਹੀਂ ਭੁਲਾਇਆ ਜਾ ਸਕਦਾ। ਔਰ ਉਸ ਤੋਂ ਵੀ ਮਾੜੀ ਗੱਲ ਕਿ ਸਾਨੂੰ ਅੱਜ ਤੱਕ ਇਹ ਭੋਰਾ ਜਿਨ੍ਹਾਂ ਨੇ ਨਿਆਂ ਨਹੀਂ ਮਿਲਿਆ, ਉਹਨਾਂ ਦੇ ਕੇਸਾਂ ਬਾਰੇ ਨਿਆਂ ਨਹੀਂ ਮਿਲਿਆ। ਜੋ ਸਾਡੀਆਂ ਮਾਤਾਵਾਂ ਭੈਣਾਂ ਜਿਹੜੀਆਂ ਉਦੋਂ ਕੋਈ 2 ਸਾਲ ਦੀ ਕੋਈ 3 ਸਾਲ ਦੀ ਸੀ, ਉਹ ਹੁਣ 30-30, 35-35, 40-40 ਸਾਲ ਦੀਆਂ ਹੋ ਗਈਆਂ। ਕਈ ਬਜ਼ੁਰਗ ਮਾਤਾਵਾਂ ਮਰ ਗਈਆਂ ਆਪਣੇ ਬੱਚਿਆਂ ਦਾ ਦੁੱਖ ਲੈ ਕੇ, ਕਿ ਜਿਹੜੇ ਸਾਨੂੰ ਮਾਰਨ ਵਾਲੇ ਸੀ, ਲੁੱਟਣ ਵਾਲੇ ਸੀ, ਉਹ ਸ਼ਰੇਆਮ ਉੱਦਾਂ ਹੀ ਘੁੰਮ ਰਹੇ, ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ। ਜਿਹੜੀ 84 ਵਾਲੀ ਘਟਨਾ ਵਾ ਉਹ ਇੱਕ ਆਪਣੀ ਕਿਸਮ ਦੀ ਵਰਲਡ 'ਚ ਸ਼ਾਇਦ ਸਾਡੇ ਨਾਲ ਇਹ ਪਹਿਲੀ ਘਟਨਾ ਵਾ ਕਿ ਜਿਹੜਾ ਇੰਨਾ ਸਾਨੂੰ ਕੋਹ ਕੋਹ ਕੇ ਮਾਰਿਆ ਗਿਆ, ਔਰ ਸਾਹਮਣੇ ਸਾਡੇ ਉਹ ਜਿਹੜੇ ਦੁਸ਼ਮਣ ਜਮਾਤ ਆ ਉਹ ਉਹਨਾਂ ਨੂੰ ਵਜ਼ੀਰੀਆਂ ਦੇ ਰਹੀ ਆ, ਟਿਕਟਾਂ ਦੇ ਰਹੀ ਆ, ਸਿਕਿਉਰਿਟੀ ਦਿੱਤੀ ਹੋਈ ਆ ਜੀ, ਅਤੇ ਸਾਡੇ ਜਿਹੜੇ ਜਿਨ੍ਹਾਂ ਨਾਲ ਧੱਕਾ ਹੋਇਆ ਉਹਨਾਂ ਨੂੰ ਮਾਹੌਲ ਕੀਤੇ ਜਾ ਰਹੇ ਨੇ, ਉਹਨਾਂ ਨੂੰ ਡੇਟਾਂ ਮਿਲ ਰਹੀਆਂ ਨੇ 28-29-30 ਸਾਲ ਤੋਂ ਸਾਨੂੰ ਡੇਟਾਂ ਹੀ ਮਿਲ ਰਹੀਆਂ, ਕੋਈ ਇਨਸਾਫ ਨਹੀਂ ਜੀ। ਬਿਲਕੁਲ 84 ਜੂਨ 1984 ਨਵੰਬਰ 1984 ਇਹਨੂੰ ਕੋਈ ਵੀ ਸਿੱਖ ਕਦੇ ਨਹੀਂ ਭੁਲਾ ਸਕਦਾ, ਪਰ ਇੱਕ ਸਿੱਖ ਹੋਣ ਦੇ ਨਾਤੇ ਗਮੀ ਅਤੇ ਖੁਸ਼ੀ ਦੇ ਵਿੱਚ ਸਿੱਖਾਂ ਨੂੰ ਇੱਕੋ ਜਿਹਾ ਵਿਹਾਰ ਕਰਨਾ ਪੈਂਦਾ, ਇੱਕੋ ਜਿਹਾ ਚੱਲਣਾ ਪੈਂਦਾ, ਇਹ ਵੀ ਇੱਕ ਸਾਡੀ ਗੁਰਮਤ ਦਾ ਫੈਸਲਾ ਹੈ। ਇਸ ਵਾਰ ਜੋ ਬੰਦੀ ਛੋੜ ਦਿਵਸ ਅਤੇ ਨਵੰਬਰ ਮਹੀਨੇ ਦਾ ਜਿਹੜਾ ਘੱਲੂਘਾਰਾ ਦਿਵਸ ਜਿਹੜਾ ਆ ਰਿਹਾ ਉਹਦੇ ਵਿੱਚ ਵੀ ਮੈਂ ਚਾਹਾਂਗਾ ਸਿੱਖਾਂ ਨੂੰ ਜਿੱਥੇ ਇੱਕ ਸ਼ਰਧਾ ਭਾਵਨਾ ਨਾਲ ਗੁਰੂ ਸਾਹਿਬ ਦਾ ਜਿਹੜਾ ਗੁਰਪੁਰਬ ਇੱਕ ਤਰ੍ਹਾਂ ਨਾਲ ਉਹ ਮੰਨਣਾ ਚਾਹੀਦਾ ਹੈ, ਦੂਜੇ ਪਾਸੇ ਸਾਨੂੰ ਕਦੇ ਵੀ ਜੋ ਸਾਡਾ ਨਿਸ਼ਾਨਾ ਆ 1900 ਜੂਨ 1984 ਦੇ ਉਹ ਤੋਂ ਬਾਅਦ ਹੋਏ ਘੱਲੂਘਾਰਿਆਂ ਦਾ ਜੋ ਦੋਸ਼ੀ ਆ ਉਹਨਾਂ ਨੂੰ ਸਜ਼ਾਵਾਂ ਦਿਵਾਉਂਦਾ, ਉਹਨਾਂ ਨੂੰ ਵੀ ਉਸੇ ਤਰ੍ਹਾਂ ਨਾਲ ਯਾਦ ਰੱਖ ਕੇ ਉਹਨਾਂ ਨੂੰ ਸਜ਼ਾਵਾਂ ਦਿਵਾਉਣ ਤੱਕ ਉਹ ਵੀ ਬਰਕਰਾਰ ਰੱਖਣਾ ਚਾਹੀਦਾ ਹੈ। ਭਾਈ ਸਰਵਣ ਸਿੰਘ ਜੀ, ਇੱਕ ਥੋੜ੍ਹੇ ਦਿਨ ਪਹਿਲਾਂ TV ਦੇ ਉੱਤੇ ਸਾਰੇ ਅਖਬਾਰਾਂ ਦੇ ਵਿੱਚ ਬਿਆਨ ਛਪਿਆ ਰਾਹੁਲ ਗਾਂਧੀ ਦਾ, ਉਹਨੇ ਇੱਕ ਬਿਆਨ ਦਿੱਤਾ ਵੀ ਮੈਨੂੰ ਆਪਣੀ ਦਾਦੀ ਦੇ ਜਿਹਨਾਂ ਨੇ ਮਾਰਿਆ ਉਹਨਾਂ ਦੇ ਮੈਨੂੰ ਦਾਦੀ ਦੇ ਮਰਨ ਦਾ ਬਹੁਤ ਦੁੱਖ ਹੈ, ਅਤੇ ਉਹ ਜਿਹੜਾ ਬਿਆਨ ਹੈ ਚਰਚਾ ਦਾ ਵਿਸ਼ਾ ਵੀ ਬਣਿਆ ਪੰਜਾਬ ਦੇ ਮਾਣਯੋਗ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ, ਸ਼੍ਰੀਮਤੀ ਹਰਸਿਮਰਤ ਕੌਰ ਜੋ ਖੁਦ MP ਵੀ ਨੇ, ਉਹਨਾਂ ਨੇ ਬਹੁਤ ਵਧੀਆ ਉਹਨਾਂ ਦਾ ਜਿਹੜਾ ਜਵਾਬ ਵੀ ਦਿੱਤਾ, ਉਹਨੂੰ ਸਾਰੀ ਸਮਝ ਵੀ ਲੱਗੀ ਹੋਊਗੀ। ਰਾਹੁਲ ਗਾਂਧੀ ਇਸ ਵੇਲੇ ਕਾਫੀ ਮੈਚਿਓਰ ਹੋ ਚੁੱਕਾ ਆ, ਜਦੋਂ ਉਹ ਘਟਨਾ ਹੋਈ ਆ ਉਸ ਵੇਲੇ ਉਹ ਜਦੋਂ ਉਹਦੀ ਦਾਦੀ ਮਰੀ ਆ
ਛੋਟਾ ਹੋਊਗਾ ਉਸ ਵੇਲੇ, ਉਸ ਵੇਲੇ ਦਾ ਦੁੱਖ ਉਹ ਇਸ ਵੇਲੇ ਤੱਕ ਆਪਣੇ ਦਿਲ 'ਚ ਲਈ ਭਰਦਾ ਪਰ ਉਹਨੇ ਕੱਢਿਆ ਹੋਣਾ, ਤੁਸੀਂ ਉਹਦੇ ਬਾਰੇ ਕੀ ਸੋਚਦੇ ਵੀ ਵਾਕਈ ਉਹਨੂੰ ਜਿਹੜਾ ਦੁੱਖ ਲੱਗਿਆ ਕਿ ਉਹ ਜਿਹੜਾ ਦੁੱਖ ਉਹ ਜਿਹਾ ਦੁੱਖ ਕਿ ਜਿਹੜਾ ਸਿੱਖਾਂ ਨਾਲ ਇੰਨਾ ਕੁਛ ਹੋਇਆ ਕਿ ਉਹਨਾਂ ਨੂੰ ਵੀ ਲੱਗਿਆ ਹੋਊਗਾ, ਕਿ ਤੁਸੀਂ ਸੋਚਦੇ ਵੀ ਉਹਨੇ ਕਦੇ ਉਹਨਾਂ ਬਾਰੇ ਸੋਚਿਆ ਹੋਊਗਾ ਜਾਂ ਸਿਰਫ ਆਪਣੀ ਦਾਦੀ ਬਾਰੇ ਹੀ ਹੁਣ ਸੋਚਿਆ? ਹਾਂ, ਬਸੇਰਾ ਸਾਹਿਬ ਆਪਦਾ ਬਹੁਤ ਵਧੀਆ ਇਹ ਕੁਐਸਚਨ ਆ। ਮੈਂ ਰਾਹੁਲ ਗਾਂਧੀ ਨੂੰ ਸਭ ਤੋਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗਾ ਕਿ ਮੈਂ ਵੀ ਉਹ ਤੇਰੇ ਲਫ਼ਜ਼ ਸੁਣੇ ਨੇ ਕਿ ਕੋਈ ਮੈਨੂੰ ਬੈਡਮਿੰਟਨ ਖਿਲਾਤਾ ਥਾ, ਕੋਈ ਮੇਰੇ ਕੋ ਵਰਜਿਸ਼ ਕਰਾਤਾ ਥਾ। ਤੂੰ ਇਸ ਗੱਲ ਕਰ ਰਿਹਾ ਸ਼ਹੀਦ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੀ? ਹਾਂਜੀ। ਤੇ ਪਰ ਤੂੰ ਓਨੈਸਟ ਹੋ ਕੇ ਇਸ ਗੱਲ ਨੂੰ ਕਿਉਂ ਨਹੀਂ ਸੋਚਦਾ ਕਿ ਜਿਹੜੇ ਮੇਰੇ ਪਰਿਵਾਰ ਦੀ ਰਾਖੀ ਵਾਸਤੇ ਸਾਡੇ ਮੁਲਾਜ਼ਮ ਸੀਗੇ ਔਰ ਮੈਨੂੰ ਖਲਾਉਂਦੇ ਸੀਗੇ, ਮੈਨੂੰ ਵਰਜਿਸ਼ ਕਰਾਉਂਦੇ ਸੀਗੇ, ਤੇ ਉਹਨਾਂ ਨੂੰ ਇਹ ਫੈਸਲਾ ਲੈਣ ਦੀ ਕਿਉਂ ਲੋੜ ਪਈ? ਉਹ ਉਹਨਾਂ ਨੇ ਫੈਸਲਾ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਕੇ, ਆਪਣੇ ਪਰਿਵਾਰਾਂ ਦੀ ਲਾਈਫ ਨੂੰ ਖਤਰੇ ਵਿੱਚ ਪਾ ਕੇ ਉਹ ਕਿਉਂ ਲਿਆ? ਮੈਂ ਸਮਝਦਾ ਜੇਕਰ ਓਨੈਸਟ ਹੋ ਕੇ ਤੂੰ ਇਸ ਗੱਲ ਨੂੰ ਸੋਚੇ ਪਰਿਵਾਰ ਦੇ ਵਿੱਚ ਜਿੱਦਾਂ ਇਹ ਗੱਲ ਕੀਤੀ ਜਾਵੇ, ਆਪਣੀ ਫੈਮਿਲੀ ਦੇ ਵਿੱਚ ਬੈਠ ਕੇ ਆਪਣੀ ਮੰਮ ਨੂੰ ਆਪਣੀ ਸਿਸਟਰ ਨੂੰ ਨਾਲ ਲੈ ਕੇ ਤੇ ਤੂੰ ਬੈਠ ਕੇ ਇਹ ਸੋਚ ਕਿ ਇਹ ਸਥਿਤੀ ਕਿਉਂ ਬਣੀ, ਇਹ ਦਾਦੀ ਦਾ ਜਿਹੜਾ ਦਾਦੀ ਦਾ ਜੀਵਨ ਕਾਲ ਆ, ਉਹਨਾਂ ਦੀ ਜਿਹੜੀ ਇਹ ਅਕਾਲ ਤਖ਼ਤ ਉੱਤੇ ਹਮਲੇ ਦੀ ਜਿਹੜੀ ਯੋਜਨਾ ਆ ਉਹਨੂੰ ਜੇ ਸਟੱਡੀ ਕਰਨ ਰੀਡ ਕਰਨ, ਹਾਂਜੀ, ਕੀ ਤੁਸੀਂ ਸੋਚਦੇ ਉਹਨੂੰ ਉਹਨਾਂ ਦੇ ਕਾਰਨਾਂ ਦਾ ਪਤਾ ਲੱਗ ਸਕਦਾ? ਬਿਲਕੁਲ, ਜੇ ਓਨੈਸਟ ਹੋ ਕੇ ਸੋਚਣ ਤਾਂ ਉਹਨਾਂ ਦੇ ਕਾਰਨਾਂ ਦਾ ਉਹਨਾਂ ਨੂੰ ਸਹਿਜ ਹੀ ਪਤਾ ਲੱਗ ਜਾਊਗਾ ਕਿ ਇਹ ਕਿਹੜਾ ਇਹਨਾਂ ਦੇ ਪਿੱਛੇ ਮਤਲਬ ਸਾਨੂੰ ਕਿੰਨੇ ਇਸ ਗੱਲ ਵਾਸਤੇ ਉਕਸਾਇਆ, ਕਿਹੜੀ ਸੋਚ ਸੀਗੀ ਜਿੰਨੇ ਇਹ ਇੰਨਾ ਜ਼ਿਆਦਾ ਵੱਡਾ ਫੈਸਲਾ ਲੈਣ ਵਾਸਤੇ ਵੀ ਆਪਣੇ ਲੋਕਾਂ ਵਾਸਤੇ ਹੀ ਆਪਣੀ ਆਰਮੀ ਨੂੰ ਟੈਂਕਾਂ ਤੋਪਾਂ ਟੈਂਕਾਂ ਦੇ ਗੋਲਿਆਂ ਦੀ ਖੁੱਲ ਦੇ ਕੇ ਅਤੇ ਇੱਕ ਇੰਨਾ ਪਵਿੱਤਰ ਅਸਥਾਨ ਕਿ ਜਿਹਨੂੰ ਚੌਂ ਵਰਨਾਂ ਦੇ ਲੋਕ ਹੀ ਸਾਂਝਾ ਸਮਝਦੇ ਆ ਉਹਨੂੰ ਢਹਿ ਢੇਰੀ ਕਰਨ ਵਾਸਤੇ ਫੈਸਲਾ ਲੈ ਲਿਆ। ਹਾਂਜੀ। ਦੂਸਰੀ ਗੱਲ ਜਿਹੜੀ ਰਾਹੁਲ ਗਾਂਧੀ ਨੇ ਇਹ ਕੀਤੀ ਹੈ ਕਿ ਮੈਨੂੰ ਬਹੁਤ ਗੁੱਸਾ ਇਸ ਗੱਲ ਦਾ, ਰਾਹੁਲ ਮੈਂ ਤੈਨੂੰ ਇਹ ਗੱਲ ਕਹਿਣੀ ਚਾਹਾਂਗਾ ਕਿ ਉਹ ਗੁੱਸਾ ਕਾਕੇ ਇਕੱਲਾ ਤੇਰਾ ਹੀ ਨਹੀਂ, ਉਹ ਪੂਰੀ ਜਮਾਤ ਦਾ ਜਿਹੜਾ ਗੁੱਸਾ ਵਾ ਉਹਨੇ ਇਹੀ ਰੰਗ ਲਿਆਂਦਾ ਕਿ ਕਿੰਨੇ ਹਜ਼ਾਰ ਸਿੱਖਾਂ ਨੂੰ ਦਿੱਲੀ ਦੇ ਵਿੱਚ ਤੁਸੀਂ ਪਸ਼ੂਆਂ ਵਾਂਗੂ ਕੋਹ ਕੋਹ ਕੇ ਅਤੇ ਕੁੱਤਿਆਂ ਦੇ ਕੋਲੋਂ ਉਹਨਾਂ ਦੀਆਂ ਲਾਸ਼ਾਂ ਨੂੰ ਖਿਲਾਇਆ, ਉਹ ਤੁਹਾਡੇ ਗੁੱਸੇ ਦਾ ਹੀ ਮਤਲਬ ਜਿਹੜਾ ਉਹ ਰਿਜ਼ਲਟ ਸੀਗਾ। ਅਤੇ ਉਹ ਮੈਂ ਇਹ ਸਮਝਦਾ ਹਾਂ ਕਿ ਜੇਕਰ ਇਕੱਲੇ ਸਤਵੰਤ ਸਿੰਘ ਬੇਅੰਤ ਸਿੰਘ 'ਤੇ ਹੀ ਤੁਹਾਨੂੰ ਗੁੱਸਾ ਹੁੰਦਾ, ਸਾਡੀਆਂ ਫੈਮਿਲੀਆਂ ਦੇ ਨਾਲ ਤੁਸੀਂ ਜੋ ਮਰਜ਼ੀ ਕਰ ਦਿੰਦੇ, ਬੇਸ਼ੱਕ ਪਰਿਵਾਰ ਦਾ ਇੱਕ ਵੀ ਬੱਚਾ ਨਾ ਤੁਸੀਂ ਛੱਡਦੇ ਤਾਂ ਸ਼ਾਇਦ ਸਾਨੂੰ ਖੁਸ਼ੀ ਹੁੰਦੀ ਇਸ ਗੱਲ ਦੀ, ਪਰ ਨਿਰਦੋਸ਼ ਜਿਹੜੇ ਲੋਕ ਕੋਹ ਕੋਹ ਕੇ ਮਾਰੇ ਉਹਨਾਂ ਨੂੰ ਮਾਰਨਾ ਨਹੀਂ ਤੁਹਾਡਾ ਫਰਜ਼ ਹੈਗਾ, ਨਾ ਤੁਹਾਡੀ ਜਮਾਤ ਦੀ ਇਹ ਸੋਚ ਹੋਣੀ ਚਾਹੀਦੀ ਸੀਗੀ। ਦੂਸਰੀ ਜਿਹੜੀ ਤੁਸੀਂ ਗੱਲ ਕਰ ਰਹੇ ਹਾਂ, ਪਰ ਮੈਂ ਤੁਹਾਨੂੰ ਇਹ ਗੱਲ ਵੀ ਇੱਥੇ ਮੈਂਸ਼ਨ ਕਰਨਾ ਚਾਹਾਂਗਾ ਕਿ ਅੱਜ ਵੀ ਜੇ ਤੁਸੀਂ ਜੋ ਕੁਝ ਸਿੱਖਾਂ ਦੇ ਨਾਲ ਧੱਕਾ ਧਰੋਹ ਹੋ ਰਿਹਾ, ਜੇ ਕਿਤੇ ਆਪਣੀ ਫੈਮਿਲੀ ਦੇ ਵਿੱਚ ਓਨੈਸਟ ਹੋ ਕੇ ਸੋਚੋ
ਕਿ ਕਿੱਥੇ ਅਸੀਂ ਮਲਮ ਲਾ ਸਕਦੇ ਹਾਂ, ਤਾਂ ਸ਼ਾਇਦ ਇਹ ਵੀ ਤੁਹਾਡੇ ਬਹੁਤ ਹੱਕ ਵਿੱਚ ਇਹ ਗੱਲਾਂ ਜਾਣਗੀਆਂ। ਸਿਆਸੀ ਤੌਰ 'ਤੇ ਤੁਸੀਂ ਵਧੋ ਫੁੱਲੋ, ਸਾਨੂੰ ਕੋਈ ਗਿਲਾ ਨਹੀਂ, ਪਰ ਜਦੋਂ ਉਹੀ ਹਥਿਆਰ ਦਾ ਦਸਤਾ ਤੁਸੀਂ ਬਣ ਕੇ ਜਾਂ ਹੋਰਨਾਂ ਨੂੰ ਬਣਾ ਕੇ ਅਤੇ ਉਹੀ ਜਿਹੜਾ ਵਾ ਹਥਿਆਰ ਚਲਾ ਰਹੇ ਹਾਂ, ਇਹ ਵੀ ਤੁਹਾਡੀ ਜਿਵੇਂ ਤੁਹਾਡੇ ਵੱਡਿਆਂ ਨੇ ਭੁੱਲ ਕੀਤੀ ਹੈ, ਤੁਸੀਂ ਵੀ ਭੁੱਲ ਕਰ ਰਹੇ ਹਾਂ। ਇਸ ਗੱਲ ਨੂੰ ਓਨੈਸਟ ਹੋ ਕੇ, ਨਿਰਪੱਖ ਹੋ ਕੇ ਜ਼ਰੂਰ ਸੋਚਿਓ ਕਿ ਸਿੱਖਾਂ ਦੇ ਨਾਲ ਜੋ ਇਦੋਂ ਪਛਾਂ ਤੁਹਾਡੀ ਫੈਮਿਲੀ ਨੇ ਧੱਕੇ ਕੀਤੇ ਨੇ, ਕਿ ਉਹਨਾਂ ਦੇ ਉੱਤੇ ਕਿਸ ਤਰ੍ਹਾਂ ਅਸੀਂ ਮਲਮ ਲਾ ਸਕਦੇ ਹਾਂ, ਔਰ ਤੁਸੀਂ ਲਾ ਵੀ ਸਕਦੇ ਹਾਂ, ਅਤੇ ਜਿੰਨਾ ਜ਼ਿਆਦਾ ਤਾਦਾਦ ਦੇ ਵਿੱਚ ਵਿਸਫੋਟਕ ਸਥਿਤੀ ਸਿੱਖਾਂ ਦੇ ਨਾਲ ਤੁਸਾਂ ਬਣਾਈ ਹੋਈ ਆ, ਇਹਨੂੰ ਸ਼ਾਂਤ ਕੀਤਾ ਜਾ ਸਕਦਾ। ਕਹਿੰਦਾ ਮਤਲਬ ਇਹ ਜਿਹੜਾ ਪਰਿਵਾਰ ਹੈ, ਇਹਨੂੰ ਆਪਣੀਆਂ ਜਿਹੜੀ ਗਲਤੀਆਂ ਦਾ ਉਹ ਐਨਾਲਿਸਿਸ ਕਰਨਾ ਚਾਹੀਦਾ, ਕਿਸੇ ਦਿਨ ਬਹਿ ਕੇ ਸੋਚਣ ਕਿੱਥੇ ਗਲਤੀ ਹੋਈ ਆ, ਕਿਵੇਂ ਜਿਹੜਾ ਆਪਣਾ ਵਿਸ਼ਵਾਸ ਦੁਆਰਾ ਉਹ ਹਾਸਲ ਕਰ ਸਕਦੇ ਆ, ਨਾ ਕਿ ਇਸ ਗੱਲ ਦੇ ਉੱਤੇ ਜਾਣ ਕੇ ਉਹਨਾਂ ਨੂੰ ਦੁੱਖ ਹੋਇਆ। ਦੁੱਖ ਉਹਨਾਂ ਇਕੱਲਿਆਂ ਨੂੰ ਨਹੀਂ ਹੋਇਆ, ਹਜ਼ਾਰਾਂ ਮਜ਼ਲੂਮਾਂ ਨੂੰ ਹੋਇਆ, ਹਜ਼ਾਰ ਨਿਰਦੋਸ਼ ਲੋਕਾਂ ਨੂੰ ਹੋਇਆ, ਬੱਚਿਆਂ ਨੂੰ ਹੋਇਆ, ਜਿਨ੍ਹਾਂ ਨੇ ਜਨਮ ਨਹੀਂ ਵੀ ਲਿਆ ਉਹਨਾਂ ਵੀ ਬੱਚਿਆਂ ਨੂੰ ਦੁੱਖ ਹੋਇਆ। ਇਹ ਗੱਲ ਵੀ ਆਪਣਾ ਸਵਾਲ ਆ, ਇਹ ਆਪਣਾ ਆਂਸਰ ਮੰਗਦੀ ਹੈ, ਇਹਦੇ ਉੱਤੇ ਵੀ ਉਹਨਾਂ ਨੂੰ ਜ਼ਰੂਰ ਸੋਚਣ ਦੀ ਲੋੜ ਹੈ। ਹਾਂ ਬਿਲਕੁਲ ਜੀ, ਉਹ ਇਹਨਾਂ ਦਾ ਇਹਨਾਂ ਦੇ ਕੋਲ ਮੀਡੀਆ ਵਾ, ਇਹਨਾਂ ਦੀ ਗੱਲ ਜਿਹੜੀ ਆ ਸਕਿੰਟਾਂ ਵਿੱਚ ਵਰਲਡ ਲੈਵਲ 'ਤੇ ਚੱਲ ਜਾਂਦੀ ਆ, ਅਤੇ ਲੱਖਾਂ ਰੂਹਾਂ ਇੱਦਾਂ ਦੀਆਂ ਨੇ ਜਿਹੜੀਆਂ ਕੁਰਲਾ ਰਹੀਆਂ ਨੇ, ਜਿਹੜੇ ਉਹਨਾਂ ਦੇ ਨਾਲ ਧੱਕੇ ਹੋਏ ਨੇ, ਉਹ ਇਸ ਕਰਕੇ ਨਹੀਂ ਉਹਨਾਂ ਦੀ ਗੱਲ ਲੋਕਾਂ ਤੱਕ ਪਹੁੰਚ ਸਕਦੀ ਕਿ ਉਹ ਇੱਕ ਗਰੀਬ ਲੋਕ ਨੇ, ਉਹਨਾਂ ਤੱਕ ਮੀਡੀਆ ਪਹੁੰਚ ਨਹੀਂ ਕਰਦਾ। ਔਰ ਜੇ ਮੀਡੀਆ ਤੱਕ ਉਹ ਪਹੁੰਚ ਕਰਦੇ ਵੀ ਨੇ, ਅਤੇ ਮੀਡੀਆ ਜਿਹੜਾ ਵਾ ਉਹ ਸਰਮਾਏਦਾਰਾਂ ਦਾ, ਉਹ ਅਸਲੀਅਤ ਜਿਹੜੀ ਆ ਉਹ ਪਬਲਿਕ ਦੇ ਸਾਹਮਣੇ ਆਉਣ ਵੀ ਨਹੀਂ ਦਿੰਦੇ ਹੈਗੇ। ਅੱਜ ਲੋੜ ਹੈ ਉਹਨਾਂ ਲੀਡਰਾਂ ਨੂੰ, ਉਹਨਾਂ ਜਿਹੜੇ ਉਸ ਵੇਲੇ ਜਿਹੜੇ ਕਸਾਈ ਦਾ ਰੂਪ ਧਾਰਨ ਕਰ ਗਏ, ਉਹਨਾਂ ਨੂੰ ਸਾਹਮਣੇ ਲਿਆਉਣ ਦੀ। ਇਹ ਜਿਹੜਾ ਕਾਂਗਰਸ ਦਾ ਪਰਿਵਾਰ ਹੈ, ਸੋਨੀਆ ਗਾਂਧੀ ਦਾ ਪਰਿਵਾਰ ਆ, ਇਹਦੇ ਵਿੱਚ ਇੱਕ ਅਹਿਮ ਰੋਲ ਅਦਾ ਕਰ ਸਕਦਾ। ਹਾਂਜੀ ਹਾਂ ਬਿਲਕੁਲ, ਕਿਉਂਕਿ ਇਹਨਾਂ ਨੂੰ ਇਹ ਗੱਲ ਜਿਹੜੀ ਆ ਉਹ ਸਮਝਣੀ ਚਾਹੀਦੀ ਹੈ ਕਿ ਸਾਨੂੰ ਕਿਹੜੇ ਲੋਕ ਸੀ ਜਿਨ੍ਹਾਂ ਨੇ ਗੁੰਮਰਾਹ ਕਰਕੇ ਅਤੇ ਸਿੱਖਾਂ ਦੇ ਇੰਨਾ ਵੱਡੇ ਤਾਦਾਦ ਦੇ ਵਿੱਚ ਕਤਲੇਆਮ ਕਰਵਾ ਦਿੱਤੇ, ਸਿੱਖਾਂ ਨੂੰ ਸਾਡੇ ਦੁਸ਼ਮਣ ਬਣਾ ਦਿੱਤਾ, ਅਤੇ ਹੁਣ ਵੀ ਇਹਨਾਂ ਕੋਲ ਟਾਈਮ ਹੈ ਇਸ ਗੱਲ ਨੂੰ ਸਮਝਣ ਦਾ। ਇਹ ਵਧੀਆ ਤਰੀਕੇ ਦੇ ਨਾਲ ਬੈਠ ਕੇ ਅਤੇ ਕਿਸੇ ਦੇ ਮਗਰ ਲੱਗਣ ਤੋਂ ਪਹਿਲਾਂ 100 ਵਾਰ 100 ਵਾਰ ਸੋਚਣ, ਤਾਂ ਇਹ ਮਸਲਾ ਕਾਫੀ ਹੱਦ ਤੱਕ ਇਹਨੂੰ ਨੇੜੇ ਕੀਤਾ ਜਾ ਸਕਦਾ ਜੀ। ਥੈਂਕ ਯੂ ਜੀ, ਆਸ ਕਰਦੇ ਹਾਂ ਉਹਨਾਂ ਤੱਕ ਕਿਸ ਤਰ੍ਹਾਂ ਇਹ ਸਾਡੀ ਜਿਹੜੀ ਆਵਾਜ਼ ਆ ਉਹ ਪਹੁੰਚੇ, ਤਾਂ ਇਹਦੇ ਉੱਤੇ ਜ਼ਰੂਰ ਗੌਰ ਕਰਨ। ਅੰਤ ਦੇ ਵਿੱਚ ਭਾਈ ਸਰਵਣ ਸਿੰਘ ਜੀ, ਮੈਂ ਚਾਹਾਂਗਾ ਆਪਾਂ ਸਿੱਖ ਕੌਮ ਨੂੰ, ਤੁਹਾਡੇ ਇੱਕ ਬਹੁਤ ਹੀ ਜਿਹੜਾ ਮਹੱਤਵਪੂਰਨ ਪਰਿਵਾਰ ਆ ਸਿੱਖ ਪੰਥ ਦੇ, ਉਹਦੇ ਵੱਲੋਂ ਤੁਸੀਂ ਜ਼ਰੂਰ ਅਖੀਰ ਦੇ ਵਿੱਚ ਕੋਈ ਸੰਦੇਸ਼ ਦੇਣਾ ਚਾਹੋ ਤਾਂ ਇਸ ਬੰਦੀ ਛੋੜ ਦੇ ਇਸ ਦੇ ਵਿੱਚ, ਅਤੇ ਨਵੰਬਰ 1984 ਦੇ ਜੋ ਸ਼ਹੀਦਾਂ ਦੀ ਯਾਦ ਦੇ ਵਿੱਚ ਦੋ ਸ਼ਬਦ ਜ਼ਰੂਰ ਕਰੋ, ਉਹਦੇ ਨਾਲ ਅਸੀਂ ਬਚ ਫਤਿਹ ਪਾਵਾਂਗੇ ਜ਼ਰੂਰ। ਹਾਂਜੀ, ਮੈਂ ਸਮੂਹ ਸਿੱਖ ਭਾਈਚਾਰੇ ਨੂੰ, ਸਿੱਖ ਸੰਗਤ ਨੂੰ ਜੋ ਇਹ ਚੈਨਲ ਦੇ ਥਰੂ ਸੁਣ ਰਹੇ ਆ, ਸਾਰਿਆਂ ਦੇ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਇਹ ਬੇਨਤੀ ਕਰੂੰਗਾ ਜੀ ਕਿ ਇਸ ਪਵਿੱਤਰ ਦਿਹਾੜੇ ਦੇ, ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੰਦੀ ਛੋੜ ਦਿਵਸ 'ਤੇ ਆਪਾਂ ਨੂੰ ਇਹ ਪ੍ਰਣ ਕਰਨਾ ਚਾਹੀਦਾ ਕਿ ਆਪਾਂ ਸਿੱਖ ਕੌਮ ਦੇ ਵਿੱਚ ਸਾਨੂੰ ਜਨਮ ਮਿਲਿਆ ਅਤੇ ਆਪਾਂ ਕੌਮ ਨੂੰ ਸਮਰਪਿਤ ਹੋਈਏ, ਉਹਦੇ ਵਿੱਚ ਆਪਣਾ ਜਿਹੜਾ ਜੀਵਨ ਆ ਉਹਨੂੰ ਪੂਰਨ ਗੁਰਸਿੱਖੀ ਵਿੱਚ ਰਹਿਤ ਬਹਿਤ ਵਿੱਚ ਰੱਖ ਕੇ ਤਿਆਰ ਬਰ ਤਿਆਰ ਹੋ ਕੇ
ਤੇ ਪੂਰਨ ਖਾਲਸੇ ਬਣੀਏ। ਗੁਰੂ ਕਲਗੀਧਰ ਪਾਤਸ਼ਾਹ ਨੇ ਜੋ ਸਾਨੂੰ ਜਿਹੜਾ ਮਿਸ਼ਨ ਆ ਉਹ ਦਿੱਤਾ ਵਾ ਕਿ ਭੈ ਕਾਹੁ ਕੋ ਦੇਤ ਨ ਨਹਿ ਭੈ ਮਾਨ ਤਾਨ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਸਲੋਕਾਂ ਦੇ ਵਿੱਚ ਉਚਾਰਨ ਕੀਤਾ ਹੈ। ਅਤੇ ਦੂਸਰਾ ਜਿਹੜੀ ਬੇਨਤੀ ਮੇਰੀ ਹੈਗੀ ਆ 84 ਦੇ ਵਿੱਚ ਨਵੰਬਰ ਦੇ ਵਿੱਚ ਜਿਹੜੇ ਇੰਨੇ ਵੱਡੇ ਤਾਦਾਦ ਦੇ ਵਿੱਚ ਸਿੱਖ ਕਤਲੇਆਮ ਕੀਤਾ ਗਿਆ, ਨਸਲਕੁਸ਼ੀ ਸਾਡੀ ਕੀਤੀ ਗਈ, ਆਪਾਂ ਉਹਨਾਂ ਨੂੰ ਵੀ ਸਤਿਕਾਰ ਸਹਿਤ ਸਿਰ ਨਵਾਉਂਦੇ ਹੋਏ ਸ਼ਰਧਾ ਦੇ ਫੁੱਲ ਭੇਟ ਕਰੀਏ। ਔਰ 31 ਅਕਤੂਬਰ ਨੂੰ ਸਾਡੇ ਯੋਧਿਆਂ ਨੇ ਸ਼ਹੀਦ ਭਾਈ ਬੇਅੰਤ ਸਿੰਘ ਨੇ ਸ਼ਹੀਦ ਭਾਈ ਸਤਵੰਤ ਸਿੰਘ ਨੇ ਜੋ ਕਿ ਸ਼ਹੀਦ ਭਾਈ ਬੇਅੰਤ ਸਿੰਘ 31 ਅਕਤੂਬਰ ਨੂੰ ਮੌਕਿਆਂ 'ਤੇ ਹੀ ਸ਼ਹਾਦਤ ਦਾ ਜਾਮ ਪੀ ਕੇ ਉਹਨਾਂ ਨੂੰ ਵੀ ਸਿਰ ਨਵਾਉਂਦੇ ਹੋਏ ਸ਼ਰਧਾਂਜਲੀਆਂ ਭੇਟ ਕਰੀਏ, ਗੁਰੂ ਸਾਹਿਬ ਦੀਆਂ ਖੁਸ਼ੀਆਂ ਲਈਏ ਜੀ। ਸਮੂਹ ਸੰਗਤ ਨੂੰ ਮੇਰੇ ਵੱਲੋਂ ਬਹੁਤ ਬਹੁਤ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਜੀ। ਹੋਈਆਂ ਬੇਅੰਤ ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।